ਹੈਲੋ एवरीवन वेलकम बैक टू योर ओन चैनल ਸਾਇੰਟੀਆ ਜਿਵੇਂ ਕਿ ਤੁਸੀਂ ਚਾਹੁੰਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮਜ਼ ਦੇ ਲਈ ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਆਪਾਂ ਜੋ ਫਿਜ਼ਿਕਸ ਦੀ ਮਾਸਟਰ ਕੈਡਰ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਉਸ ਨੂੰ ਕੰਟੀਨਿਊ ਕਰਾਂਗੇ ਜਿਸ ਦੇ ਤੁਹਾਡੇ ਫਰਸਟ 3 ਲੈਕਚਰ ਹੋ ਚੁੱਕੇ ਹਨ ਅੱਜ ਤੁਹਾਡਾ 4th ਲੈਕਚਰ ਹੈ ਮਾਸਟਰ ਕੈਡਰ ਲਈ ਅਗਰ ਤੁਸੀਂ ਫਸਟ 3 ਨਹੀਂ ਦੇਖੇ ਪਹਿਲਾਂ ਉਸ ਨੂੰ ਦੇਖ ਲਿਜੀਏ so that ਤੁਹਾਡਾ ਕਨਸੈਪਟs ਕਲੀਅਰ ਹੋ ਜਾਣ ਸਟਾਰਟ ਕਰਦੇ ਹਾਂ ਲਾਸਟ ਆਪਾਂ ਗੱਲ ਕੀਤੀ ਸੀ ਬੀਟਾ ਜੋ ਐਬਸਾਰਪਸ਼ਨ ਬੀਟਾ ਡिके ਹੁੰਦਾ ਉਸ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਗਾਮਾ ਰੇਜ਼ ਦੀ ਐਬਸਾਰਪਸ਼ਨ ਜੋ 3 ਵੇਜ਼ ਦੇ ਨਾਲ ਹੁੰਦੀ ਹੈ ਮੈਟਰ ਦੇ ਵਿੱਚ ਉਹਨਾਂ ਨੂੰ ਡਿਸਕਸ ਕਰਾਂਗੇ ਸਭ ਤੋਂ ਫਸਟ ਮੈਥਡ ਹੈ ਤੁਹਾਡਾ ਫੋਟੋ ਇਲੈਕਟ੍ਰਿਕ ਐਬਸਾਰਪਸ਼ਨ ਦੇਖੋ ਫੋਟੋ ਇਲੈਕਟ੍ਰਿਕ ਐਬਸਾਰਪਸ਼ਨ ਦਾ ਕੀ ਮਤਲਬ ਹੈ ਜਦੋਂ ਵੀ ਗਾਮਾ ਰੇ ਕਿਸੇ ਔਰਬਿਟ ਦੇ ਵਿੱਚੋਂ ਗਾਮਾ ਰੇ ਕਿਸੇ ਔਰਬਿਟ ਦੇ ਵਿੱਚੋਂ ਪਾਸ ਹੁੰਦੀ ਹੈ ਪਾਸ ਹੋਏਗੀ ਤਾਂ ਕੀ ਹੋਏਗਾ ਜੋ ਇੱਕ ਇੱਕ ਇਲੈਕਟ੍ਰੋਨ ਹੈ ਤਾਂ ਵਨ ਇਲੈਕਟ੍ਰੋਨ ਅਬਜ਼ੌਰਬ ਕਰ ਲੇਗਾ ਕਿਸ ਨੂੰ ਗਾਮਾ ਰੇ ਨੂੰ ਐਂਡ ਫਿਰ ਉਹ ਕੀ ਕਰੇਗਾ ਅਮਿਟ ਵੀ ਕਰ ਦੇਗਾ ਐਂਡ ਅਮਿਟ ਵੀ ਕਰ ਦੇਗਾ ਅਮਿਸ਼ਨ ਵੀ ਹੋ ਜਾਈਗੀ ਮੀਨਸ ਗਾਮਾ ਰੇ ਕੋਲ ਇੰਨੀ ਸਫੀਸ਼ੀਐਂਟ એનર્ਜੀ ਹੁੰਦੀ ਹੈ ਗਾਮਾ ਰੇ ਕੋਲ ਇੰਨੀ ਸਫੀਸ਼ੀਐਂਟ એનર્ਜੀ ਹੁੰਦੀ ਹੈ ਕਿ ਉਹ ਇਲੈਕਟ੍ਰੋਨ ਨੂੰ ਕੀ ਕਰ ਦੇ ਅਮਿਟ ਕਰ ਦੇ ਉਸ ਆਰਬਿਟ ਦੇ ਵਿੱਚੋਂ ਕਲੀਅਰ ਇਸ ਨੂੰ ਆਪਾਂ ਕੀ ਬੋਲਦੇ ਹਾਂ ਫੋਟੋ ਇਲੈਕਟ੍ਰਿਕ ਇਫੈਕਟ ਫੋਟੋ ਇਲੈਕਟ੍ਰਿਕ ਅਬਸੋਰਪਸ਼ਨ ਬੋਲਿਆ ਜਾਂਦੇ ਨੈਕਸਟ ਆਪਾਂ ਗੱਲ ਕਰਾਂਗੇ ਕੈਂਟਨ ਇਫੈਕਟ ਦੀ ਦੇਖੋ ਕੈਂਟਨ ਇਫੈਕਟ ਦੀ ਅਗਰ ਮੈਂ ਗੱਲ ਕਰਾਂ ਗਾਮਾ ਰੇ ਹੈ ਹੈ ਉਹਦੇ ਕੋਲ ਜੋ એનર્ਜੀ ਹੈ ਉਹ ਜ਼ਿਆਦਾ ਹੁੰਦੀ ਹੈ ਗਾਮਾ ਰੇਕੋ ਸੋਰੀ ਗਾਮਾ ਰੇਕੋ એનર્ਜੀ ਕੀ ਹੁੰਦੀ ਹੈ ਜ਼ਿਆਦਾ ਹੁੰਦੀ ਹੈ ਕਿਸ ਲਈ ਇਲੈਕਟ੍ਰੋਨ ਦੀ ਐਮਿਸ਼ਨ ਕਰਨ ਦੇ ਲਈ ਇਲੈਕਟ੍ਰੋਨ ਨੂੰ ਐਮਿਟ ਕਰਨ ਦੇ ਲਈ ਦੇਖੋ ਜਦੋਂ ਇਲੈਕਟ੍ਰੋਨ ਨੂੰ ਐਮਿਟ ਕਰੇਗਾ ਤਾਂ ਗਾਮਾ ਰੇ ਖੁਦ ਵੀ ਕੀ ਹੈ ਅਗਰ ਆਪਾਂ ਗੱਲ ਕਰੀਏ ਐਮਿਟ ਹੋਊਗੀ ਕਿਵੇਂ ਜਦੋਂ ਉਹਦੇ ਕੋਲ એનર્ਜੀ ਲੈਸ ਹੋਊਗੀ ਗਾਮਾ ਰੇ ਗਾਮਾ ਰੇ ਐਮਿਟ ਹੋਊਗੀ ਜਦੋਂ ਇਹਦੀ એનર્ਜੀ ਕੀ ਹੋ ਜਾਏਗੀ ਲੈਸ ਹੋ ਜਾਏਗੀ એનર્ਜੀ ਲੈਸ ਹੋ ਜਾਏਗੀ ਕਿਸ ਤੋਂ then ਜੋ ਇਨਸੀਡੈਂਟ ਗਮਮਾਰੇ ਹੈ ਮੀਨਸ ਗਮਮਾਰੇ ਕੀ ਕਰ ਰਹੀ ਹੈ ਇਨਸੀਡੈਂਟ ਕੀਤੀ ਹੈ ਮੀਨਸ ਟਕਰਾਈ ਹੈ ਇਨਸੀਡੈਂਟ ਮੈਂ ਤੁਹਾਨੂੰ ਇਹਨੂੰ ਅਗਰ ਦੁਬਾਰਾ ਐਕਸਪਲੇਨ ਕਰਾਂ ਮੰਨ ਲਓ ਕੋਈ ਆਰਬਿਟ ਹੈ ਇਸ ਦੇ ਵਿੱਚ ਕੋਈ ਗਮਮਾਰੇ ਇਨਸੀਡੈਂਟ ਹੋਈ ਇੱਥੇ ਇੱਕ ਇਲੈਕਟ੍ਰੋਨ ਪ੍ਰੈਜ਼ੈਂਟ ਹੈ ਦਾ ਇਹ ਕੀ ਕਰੇਗਾ ਇਲੈਕਟ੍ਰੋਨ ਦੀ ਵੀ ਐਮਿਸ਼ਨ ਹੋ ਜੇਗੀ ਅਮਿਟ ਹੋ ਜੂਗੀ ਨਾਲ ਦੀ ਨਾਲ ਆ ਗਾਮਾ ਰੇ ਵੀ ਅਗਰ ਇਸ ਦੇ ਕੋਲ ਕੱਟ એનર્ਜੀ ਹੈ ਤਾਂ ਇਹ ਗਾਮਾ ਰੇ ਵੀ ਕੀ ਹੋ ਜੇਗੀ ਬਾਹਰ ਨਿਕਲ ਜੇਗੀ ਐਮਿਸ਼ਨ ਹੋ ਜੇਗੀ ਕਲੀਅਰ ਇਸ ਨੂੰ ਕੀ ਕਿਹਾ ਜਾਂਦਾ ਹੈ ਕੈਮਟਨ ਇਫੈਕਟ ਕਿਹਾ ਜਾਂਦਾ ਹੈ ਜਿਹਦੇ ਵਿੱਚ ਕੀ ਹੈ ਗਾਮਾ ਰੇ ਤੇ ਇਲੈਕਟ੍ਰੋਨ ਦੀ ਕੀ ਹੋ ਰਹੀ ਹੈ ਐਮਿਸ਼ਨ ਹੋ ਰਹੀ ਹੈ ਕਲੀਅਰ ਨੈਕਸਟ ਅਪਾ ਗੱਲ ਕਰਾਂਗੇ ਥਰਡ ਦੀ ਪੇਅਰ ਪ੍ਰੋਡਕਸ਼ਨ ਦੇਖੋ ਪੇਅਰ ਪ੍ਰੋਡਕਸ਼ਨ ਦੀ ਅਗਰ ਮੈਂ ਗੱਲ ਕਰਾਂ ਗਾਮਾ ਰੇ ਕੀ ਕਰਦੇ ਨੇ ਗਾਮਾ ਰੇ ਨੂੰ ਕੌਣ ਅਬਜ਼ਾਰਬ ਕਰਦਾ ਕੋਈ ਆਰਬਿਟਲ ਕੌਣ ਅਬਜ਼ਾਰਬ ਕਰਦਾ ਕੋਈ ਆਰਬਿਟਲ ਜਿਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਇਲੈਕਟ੍ਰੋਨ ਤੇ ਪ੍ਰੋਟੋਨ ਇਲੈਕਟ੍ਰੋਨ ਐਂਡ ਪ੍ਰੋਟੋਨ ਦੀ ਅਗਰ ਮੈਂ ਗੱਲ ਕਰਾਂ ਇਹਨਾਂ ਦਾ ਕੀ ਪ੍ਰੋਡਿਊਸ ਹੋ ਜੇ ਇੱਕ ਪੇਅਰ ਪ੍ਰੋਡਿਊਸ ਹੋ ਜਾਊਗਾ ਪੇਅਰ ਪ੍ਰੋਡਕਸ਼ਨ ਦੇ ਵਿੱਚ ਕੀ ਹੁੰਦਾ ਪੇਅਰ ਪ੍ਰੋਡਿਊਸ ਹੁੰਦਾ ਇਸੇ ਲਈ ਇਹਦਾ ਨਾਮ ਕੀ ਬਣ ਰਿਹਾ ਪੇਅਰ ਪ੍ਰੋਡਕਸ਼ਨ ਪੇਅਰ ਪ੍ਰੋਡਿਊਸ ਹੋ ਗਿਆ ਕਦੋਂ ਜਦੋਂ ਈ ਗਾਮਾ ਦੀ એનર્ਜੀ ਮੀਨਸ ਗਾਮਾ ਰੇ ਦੀ એનર્ਜੀ ਲੈਸ ਹੋਏਗੀ 1.02 ਮੈਗਾਵਾਟ ਤੋਂ ਇਸ ਤੋਂ ਜਦੋਂ ਲੈਸ ਹੋਏਗੀ ਤਾਂ ਆਪਣੇ ਕੋਲ ਪੇਅਰ ਪ੍ਰੋਡਿਊਸ ਹੋਣਗੇ ਇਲੈਕਟ੍ਰੋਨ ਤੇ ਪ੍ਰੋਟੋਨ ਦੇ ਕਲੀਅਰ ਮੀਨਸ ਜਦੋਂ ਅਗਰ ਆਪਾਂ ਗੱਲ ਕਰੀਏ ਗਾਮਾ ਰੇ ਦੇ ਵਿੱਚ ਕੀ ਹੁੰਦਾ ਐ ਐਮਿਸ਼ਨ ਹੁੰਦੀ ਐ ਮੀਨਸ ਅਗਰ ਆਪਾਂ ਗੱਲ ਕਰੀਏ ਸਪੈਕਟਰਾ ਕਿਵੇਂ ਬੰਦਾ ਐ ਅਗਰ ਮੈਂ ਗੱਲ ਕਰਾਂ ਗਾਮਾ ਰੇ ਦੇ ਸਪੈਕਟਰਾ ਦੀ ਗਾਮਾ ਰੇ ਦਾ ਸਪੈਕਟਰਾ ਕਦੋਂ ਬਨੇਗਾ ਜਦੋਂ α α ਤੇ β ਪਾਰਟੀਕਲ ਜੋ ਐਕਸਾਈਟਡ ਸਟੇਟ ਚ ਪ੍ਰੈਜ਼ెంట్ ਨੇ α ਤੇ β ਪਾਰਟੀਕਲ ਜੋ ਕਿੱਥੇ ਪ੍ਰੈਜ਼ెంట్ ਨੇ ਐਕਸਾਈਟਡ ਸਟੇਟ ਦੇ ਵਿੱਚ ਕਿਨੇ ਪ੍ਰੈਜ਼ੈਂਟ ਨੇ ਉਹ ਕੀ ਹੋਣਗੇ ਨਿਊਕਲੀਅਸ ਤੋਂ ਇਮੀਡੀਏਟਲੀ ਕੀ ਕਰ ਦੇਣਗੇ ਗਾਮਾ ਰੇ ਦੀ ਇਮਿਸ਼ਨ ਕਰ ਦੇਣਗੇ ਅਮਿਟ ਕਰ ਦੇਣਗੇ ਕਿਸ ਨੂੰ ਗਾਮਾ ਰੇ ਨੂੰ ਕਿੱਥੋਂ ਜੋ ਕਿੱਥੋਂ ਆ ਰਹੀ ਹੈ ਗਰਾਉਂਡ ਸਟੇਟ ਤੋਂ ਆ ਰਹੀ ਹੈ ਮੀਨਸ ਗਰਾਉਂਡ ਸਟੇਟ ਵਾਲੀ ਗਾਮਾ ਰੇ ਦੀ ਇਮਿਸ਼ਨ ਹੋ ਜੂਗੀ ਇਮੀਡੀਏਟਲੀ ਜਦੋਂ α ਤੇ β ਪਾਰਟਿਕਲਸ ਕੀ ਨੇ ਅਮਿਸ਼ਨ ਹੋਊਗੀ ਜਦੋਂ ਕਿੱਥੇ ਪ੍ਰੈਜ਼ੈਂਟ ਨੇ ਨਿਊਕਲੀਅਸ ਦੇ ਵਿੱਚ ਪੈ ਰਹਿ ਜਾਂਦੇ ਨੇ ਮੀਨਸ ਅਮਿਸ਼ਨ ਆਫ α ਐਂਡ β ਪਾਰਟਿਕਲਸ ਫਰੋਮ ਨਿਊਕਲੀਅਸ immediately ਜਦੋਂ ਗਮਮ ਰੇ ਕੀ ਹੋਊਗੀ ਅਮਿਟ ਹੋ ਜਾਊਗੀ ਜਦੋਂ ਗਮਮ ਰੇ ਅਮਿਟ ਹੋਊਗੀ ਨਾਲ ਦੀ ਨਾਲ α ਤੇ β ਪਾਰਟੀਕਲ ਦੀ ਵੀ ਕੀ ਹੋ ਜਾਊਗੀ ਐਮਿਸ਼ਨ ਹੋ ਜਾਊਗੀ ਕਿੱਥੋਂ ਨਿਊਕਲੀਅਸ ਦੇ ਵਿੱਚੋਂ ਕਲੀਅਰ ਸਮਝ ਆ ਗਿਆ ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕਿਆ ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਟੌਪਿਕ ਦੀ ਜੋ ਮੋਸਟ 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 ਇੰਪੋਰਟੈਂਟ ਹੈ ਨਿਊਕਲੀਅਰ ਫਿਜ਼ਿਕਸ ਦਾ ਉਹ ਹੈ ਐਲੀਮੈਂਟਰੀ ਪਾਰਟਿਕल्स ਦੇਖੋ ਐਲੀਮੈਂਟਰੀ ਪਾਰਟਿਕल्स ਕੀ ਹੁੰਦੇ ਨੇ ਐਲੀਮੈਂਟਰੀ ਪਾਰਟਿਕल्स ਉਹ ਹੁੰਦੇ ਆ ਇੱਕ ਤਾਂ ਜਿਵੇਂ ਆਪਾਂ ਗੱਲ ਕਰੀਏ ਇਲੈਕਟ੍ਰੋਨ ਹੋ ਗਿਆ ਸੈਕਿੰਡ ਵਨ ਅਗਰ ਮੈਂ ਗੱਲ ਕਰਾਂ ਪ੍ਰੋਟੋਨ ਹੋ ਗਿਆ ਇਸ ਤੋਂ ਇਲਾਵਾ ਉਹ ਪਾਰਟਿਕल्स ਆ ਜਾਂਦੇ ਆ ਜਿਨ੍ਹਾਂ ਨੂੰ ਆਪਾਂ ਅੱਗੇ ਡਿਵਾਈਡ ਨਹੀਂ ਕਰ ਸਕਦੇ ਉਹ ਵਾਲੇ ਪਾਰਟਿਕल्स ਆ ਜਾਂਦੇ ਆ ਵਿਚ ਕੈਨ ਨਾਟ ਵਿੱਚ ਕੈਨ ਨਾਟ ਡਿਵਾਈਡਡ ਇੰਟੂ ਸਬਸਟਰਕਚਰ ਜਿਨ੍ਹਾਂ ਦੀ ਅੱਗੇ ਕੀ ਹੈ ਡਿਵੀਜ਼ਨ ਨਹੀਂ ਹੋ ਸਕਦੀ ਡਿਵਾਈਡ ਇੰਟੂ ਸਬਸਟਰਕਚਰ ਜਾਂ ਸਬ ਡਿਵੀਜ਼ਨ ਨਹੀਂ ਹੋ ਸਕਦੀ ਉਹ ਵਾਲੇ ਪਾਰਟਿਕਲਸ ਸਾਰੇ ਕਿਹਦੇ ਵਿੱਚ ਆ ਜਾਂਦੇ ਨੇ ਅਮਿਸ਼ਨ ਪਾਰਟਿਕਲਸ ਦੇ ਵਿੱਚ ਆ ਜਾਂਦੇ ਆ ਕਲੀਅਰ ਕਿ ਮੇਨਲੀ ਕਿੰਨੇ ਹੁੰਦੇ ਆ ਅਗਰ ਆਪਾਂ ਗੱਲ ਕਰਾਂ ਐਲੀਮੈਂਟਰੀ ਪਾਰਟਿਕਲਸ ਆਪਣੇ ਕੋਲ 12 ਪ੍ਰੈਜ਼ੈਂਟ ਹੁੰਦੇ ਆ ਕਿਹੜੇ ਕਿਹੜੇ ਹੁੰਦੇ ਆ ਅਗਰ ਆਪਾਂ ਡਿਸਕਸ ਕਰੀਏ ਜਿਵੇਂ ਇਲੈਕਟ੍ਰੋਨ ਪ੍ਰੋਟੋਨ ਤਾਂ ਮੈਂ ਦੱਸ ਹੀ ਦਿੱਤਾ ਇਲੈਕਟ੍ਰੋਨ ਹੁੰਦਾ ਪ੍ਰੋਟੋਨ ਪ੍ਰੈਜ਼ੈਂਟ ਹੁੰਦਾ ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਹੁਣ ਇਹਨਾਂ ਦਾ ਐਂਟੀ ਪਾਰਟਿਕਲ ਕੀ ਹੋ ਗਿਆ E ਪੋਜ਼ਿਟਿਵ ਐਂਡ ਪ੍ਰੋਟੋਨ ਦਾ P ਨੈਗੇਟਿਵ ਹੋ ਗਿਆ ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਪਾਈ ਪੋਜ਼ਿਟਿਵ ਪਾਈ ਨੈਗੇਟਿਵ ਪਾਈ ਨੋਟ ਤਿੰਨ ਆਪਣੇ ਕੋਲ ਇਹ ਹੋ ਜਾਣਗੇ ਜਿਨ੍ਹਾਂ ਨੂੰ ਅੱਗੇ ਆਪਾਂ ਡਿਸਕਸ ਕਰਾਂਗੇ ਫਿਰ ਮਿਊਨਸ ਦੇ ਦੋ ਹੋ ਜਾਣਗੇ ਮਿਊ ਪੋਜ਼ਿਟਿਵ ਐਂਡ ਮਿਊ ਨੈਗੇਟਿਵ ਦੈਨ ਨਿਊਟ੍ਰੀਨੋ ਪੋਜ਼ਿਟਿਵ ਐਂਡ ਨੈਗੇਟਿਵ ਐਂਟੀ ਨਿਊਟ੍ਰੀਨੋ ਹੋ ਜਾਏਗਾ ਇੱਕ ਤੇ ਦੋ ਆਪਣੇ ਕੋਲ ਕੀ ਪ੍ਰੈਜ਼ੈਂਟ ਹੋਣਗੇ ਨਿਊਟ੍ਰੋਨ ਪ੍ਰੈਜ਼ੈਂਟ ਹੋਣਗੇ ਇਸ ਵੀ ਦੇ ਨਾਲ ਆਪਣੇ ਕੋਲ 12 ਕੀ ਬਣ ਜਾਂਦੇ ਨੇ ਐਲੀਮੈਂਟਰੀ ਪਾਰਟਿਕਲਸ ਬਣ ਜਾਂਦੇ ਨੇ ਅੱਗੇ ਆਪਾਂ ਇਹਨਾਂ ਦੀ ਡਿਸਕਸ ਕਰਾਂਗੇ ਇਹਨਾਂ ਦੇ ਟਾਈਪਸ ਆਫ ਇੰਟਰੈਕਸ਼ਨਸ ਨੂੰ ਕੀ ਕਰਾਂਗੇ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਦੇਖੋ ਆ ਤੁਹਾਡੇ ਕੋਲ ਚਾਰਟ ਬਣਿਆ ਹੋਇਆ फोर वे दे विच की किता गया डिवाइड किया गया फर्स्ट वन इज़ ग्रेविटेनल सैकेंड वन इज़ इलैक्ट्रोमैगनैटिक थर्ड है अपने को वीक इंट्रैक्शनज़ फोर्थ की अपने कोोंोंग इंट्रैक्शन स्ट्रोंोंग इंट्रैक्श अगे दो पार्टियाँ मिजोनज एंड ब्रेओन्स ਇਹ ਤੁਹਾਨੂੰ ਮੈਂ ਕੰਪਲੀਟ ਚਾਰਟ ਚਾਰਟ ਤਿਆਰ ਕਰਵਾ ਰਹੀ ਹਾਂ so that ਤੁਸੀਂ ਈਜ਼ੀਲੀ ਕੀ ਕਰ ਸਕੋ ਲਰਨ ਕਰ ਸਕੋ ਸਭ ਤੋਂ ਪਹਿਲਾਂ ਸਿੰਪਲੀ ਦੇਖਦੇ ਹਾਂ ਟਾਈਪਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਗ੍ਰੈਵਿਟੇਸ਼ਨਲ ਗ੍ਰੈਵਿਟੇਸ਼ਨਲ ਦੇ ਵਿੱਚ ਜੋ ਚਾਰਜ ਕੈਰੀਅਰਸ ਹੋਣਗੇ ਉਹ ਗ੍ਰੈਵਿਟੋਨਸ ਹੋਣਗੇ ਆਪਾਂ ਇਹ ਕਰਦੇ ਹਾਂ ਸਿੰਗਲ ਸਿੰਗਲ ਡਿਸਕਸ ਕਰ ਲੈਣੇ ਆ ਇੱਥੇ ਕੰਪਲੀਟਲੀ ਅچھے ਤਰੀਕੇ ਨਾਲ ਨਹੀਂ ਡਿਸਕਸ ਹੋਣਾ ਨੈਕਸਟ ਦੇਖਦੇ ਹਾਂ ਆਪਾਂ ਹਾਂਜੀ ਅਗਰ ਆਪਾਂ ਗੱਲ ਕਰੀਏ ਉਹ ਦੋ ਦੋ ਵੇਸ ਇੱਥੇ ਕਰ ਲੈਣੇ ਆ ਚਲੋ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਕੈਰੀਅਰਸ ਦੀ ਜਸਟ ਅ ਸੈਕਿੰਡ ਹਾਂਜੀ ਇੱਥੇ ਦੇਖੋ ਤੁਸੀਂ ਗ੍ਰੈਵਿਟੇਸ਼ਨਲ ਦੀ ਅਗਰ ਮੈਂ ਗੱਲ ਕਰਾਂ ਫਰਸਟ ਵਨ ਇਜ਼ ਗ੍ਰੈਵਿਟੇਸ਼ਨਲ ਗ੍ਰੈਵਿਟੇਸ਼ਨਲ ਦੀ ਅਗਰ ਗੱਲ ਕੀਤੀ ਜਾਵਾ ਤੇ ਚਾਰਜ ਕੈਰੀਅਰਸ ਕਿਹੜੇ ਹੁੰਦੇ ਆ ਗ੍ਰੈਵਿਟੋਨ ਹੁੰਦੇ ਆ ਕਿਹੜੇ ਪ੍ਰੈਜ਼ੈਂਟ ਹੁੰਦੇ ਆ ਗ੍ਰੈਵਿਟੋਨ ਪ੍ਰੈਜ਼ੈਂਟ ਹੁੰਦੇ ਆ ਨੈਕਸਟ ਅਗਰ ਮੈਂ ਗੱਲ ਕਰਾਂ ਇਹਨਾਂ ਦੀ ਰੇਂਜ ਕਿਹੜੀ ਹੁੰਦੀ ਹੈ ਗ੍ਰੈਵਿਟੇਸ਼ਨਲ ਹੀ ਰੇਂਜ ਹੁੰਦੀ ਹੈ ਸਟਰੈਂਥ ਦੀ ਅਗਰ ਮੈਂ ਗੱਲ ਕਰਾਂ 10 ਰੇਸ ਟੂ ਪਾਵਰ ਮਾਈਨਸ 38 ਕੀ ਹੋਏਗੀ ਇਹਨਾਂ ਦੀ ਸਟਰੈਂਥ ਹੋਏਗੀ ਇਹ ਤੁਸੀਂ ਯਾਦ ਰੱਖਣਾ ਹੈ ਚਾਰਟ ਬਣਾ ਸਕਦੇ ਹੋ ਤੁਸੀਂ ਸਟਰੈਂਥ ਕਿੰਨੀ ਹੋਏਗੀ 10 ਰੇਸ ਟੂ ਪਾਵਰ ਮਾਈਨਸ 38 ਐਂਡ ਅਗਰ ਮੈਂ ਗੱਲ ਕਰਾਂ ਇਹ ਹਮੇਸ਼ਾ ਗ੍ਰੈਵਿਟੇਸ਼ਨਲ ਦਾ ਅਗਰ ਫੋਰਸ ਤੁਹਾਨੂੰ ਯਾਦ ਹੈ ਕੀ ਹੁੰਦਾ ਹੈ ਫੋਰਸ ਇਨਵਰਸਲੀ ਪ੍ਰੋਪੋਰਸ਼ਨਲ ਟੂ ਆਰ ਸਕੁਅਰ ਮੀਨਸ ਅਗਰ ਆਪਾਂ ਗੱਲ ਕਰੀਏ ਰੈਸੀਪਰੋਕਲ ਜੋ ਲਾਅ ਹੈ ਉਹ ਫੋਲੋ ਕਰਦੀ ਹੈ ਕਲੀਅਰ ਨੈਕਸਟ ਅਗਰ ਮੈਂ ਗੱਲ ਕਰਾਂ ਇਹਨਾਂ ਦੀ ਅਗਰ ਵੀਕ ਫੋਰਸਿਸ ਹੁੰਦੀਆਂ ਨੇ ਜਿਆਦਾ ਸਟਰੋਂਗ ਅਗਰ ਇਹ ਸਟਰੋਂਗ ਸਿਰਫ ਇੰਨੀ ਰੇਂਜ ਤੱਕ ਹੋਣਗੀ ਕਲੀਅਰ ਨੈਕਸਟ ਆਪਾਂ ਗੱਲ ਕਰਾਂਗੇ ਈਐਮ ਵੇਵ ਦੀ ਇਲੈਕਟ੍ਰੋਮੈਗਨੇਟਿਕ ਵੇਵਜ਼ ਇੰਟਰੈਕਸ਼ਨ ਸੋਰੀ ਇਹਨਾਂ ਦੀ ਅਗਰ ਮੈਂ ਗੱਲ ਕਰਾਂ ਇਹਨਾਂ ਦੇ ਕੈਰੀਅਰ ਕੀ ਹੁੰਦੇ ਨੇ ਫੋਟੋਨ ਯਾਦ ਰੱਖਣਾ ਕੈਰੀਅਰ ਫੋਟੋਨਸ ਹੁੰਦੇ ਨੇ ਇਹਨਾਂ ਦੀ ਅਗਰ ਮੈਂ ਗੱਲ ਕਰਾਂ ਰੇਂਜ ਕਿੰਨੀ ਹੁੰਦੀ ਹੈ ਅਪ ਟੂ ਇਨਫਿਨਿਟੀ ਰੇਂਜ ਕਿੰਨੀ ਹੁੰਦੀ ਹੈ ਅਪ ਟੂ ਇਨਫਿਨਿਟੀ ਤੱਕ ਹੁੰਦੀ ਹੈ ਇਹ ਅਟਰੈਕਟਿਵ ਵੀ ਹੁੰਦੀ ਹੈ ਅਟਰੈਕਟਿਵ ਵੀ ਹੁੰਦੀ ਹੈ ਐਂਡ ਰਿਪਲਸਿਵ ਵੀ ਹੁੰਦੀ ਹੈ ਅਟਰੈਕਟਿਵ ਐਂਡ ਰਿਪਲਸਿਵ ਬੋਥ ਨੇਚਰ ਦੀ ਹੁੰਦੀ ਹੈ ਅਗਰ ਸਟਰੈਂਥ ਦੀ ਗੱਲ ਕਰਾਂ ਤਾਂ ਇਹਨਾਂ ਦੀ ਸਟਰੈਂਥ ਹੁੰਦੀ ਹੈ 10 ਰਿਸਟ ਟੂ ਪਾਵਰ ਮਾਈਨਸ 2 ਕੀ ਹੁੰਦੀ ਹੈ ਇਸ ਦੀ ਸਟਰੈਂਥ ਹੁੰਦੀ ਹੈ इन चार्ज पार्टिकल्स पार्टीकल्स की इंट्रैक्शनजी जो ई एम है ना मेनली कि अंदर प्रेजेंट होंगे ने न्यूक्लीयस के अंदर प्रजेंट्स होंगे ने अपा वो गल कर रहे जो ये इंट्रैक्शनज़ है ई एम ये प्रेजेंट हों इनसाइड द न्यूक्अस अंदर सो सॉरी न्यूक्लीयस के अंदर की होंगे है प्रजेंट होंगे है क्लीयर नैक्सट आप गल करा थर्ड द थर्ड वन की सी अपने कोल वीक वीक इंट्रैक्शनस ਵੀਕ ਇੰਟਰੈਕਸ਼ਨਸ ਦੀ ਅਗਰ ਮੈਂ ਗੱਲ ਕਰਾਂ ਵੀਕ ਇੰਟਰੈਕਸ਼ਨਸ ਦੇ ਵਿੱਚ ਜੋ ਕੈਰੀਅਰਸ ਹੁੰਦੇ ਆ ਉਹ ਬੋਜ਼ੋਨਸ ਹੁੰਦੇ ਆ ਅੱਗੇ ਆਪਾਂ ਡਿਸਕਸ ਕਰਾਂਗੇ ਬੋਜ਼ੋਨਸ ਕੀ ਹੁੰਦੇ ਆ ਬੋਜ਼ੋਨਸ ਹੁੰਦੇ ਆ ਇਹਨਾਂ ਦੀ ਅਗਰ ਮੈਂ ਰੇਂਜ ਦੀ ਗੱਲ ਕਰਾਂ ਤਾਂ 10 ਰੇਸ ਟੂ ਪਾਵਰ -17 ਮੀਟਰ ਹੁੰਦੀ ਹੈ ਇਹਨਾਂ ਦੀ ਰੇਂਜ ਵੀਕ ਦੀ ਜ਼ਿਆਦਾ ਨਹੀਂ ਹੁੰਦੀ ਨੈਕਸਟ ਅਗਰ ਸਟਰੈਂਥ ਦੀ ਗੱਲ ਕਰਾਂ ਤਾਂ 10 ਰੇਸ ਟੂ ਪਾਵਰ -15 ਕੀ ਹੁੰਦੀ ਹੈ ਸਟਰੈਂਥ ਹੁੰਦੀ ਹੈ ਇਹ ਇਨਵਰਸ ਸਕੇਅਰ ਲਾ ਓਬੇ ਨਹੀਂ ਕਰਦੇ ਇਨਵਰਸ ਸਕੇਅਰ ਲਾ ਓਬੇ ਨਹੀਂ ਕਰਦੇ ਕਲੀਅਰ ਇਹ ਓਬੇ ਨਹੀਂ ਕਰਦੇ ਹੈਗੇ ਨੈਕਸਟ ਆਪਣੇ ਕੋਲ ਕੀ ਨੇ ਸਟਰੋਂਗ ਸਟਰੋਂਗ ਦੇਖਦੇ ਹਾਂ ਸਟਰੋਂਗ ਵਾਲਿਆਂ ਦੀ ਅਗਰ ਮੈਂ ਗੱਲ ਕਰਾਂ ਇਹਨਾਂ ਦੇ ਵਿੱਚ ਕੈਰੀਅਰਸ ਕਿਹੜੇ ਹੁੰਦੇ ਆ ਕੈਰੀਅਰ ਇਹਨਾਂ ਦੇ ਵਿੱਚ ਕੀ ਹੁੰਦੇ ਨੇ ਮੇਨਲੀ ਅਗਰ ਆਪਾਂ ਗੱਲ ਕਰਾਂ ਫੋਰਸਸ ਪ੍ਰੈਜ਼ੈਂਟ ਹੁੰਦੀਆਂ ਨੇ ਗਲਾਈਕੋਨਸ ਗਲਾਈ ਫੋਨਸ ਕੀ ਹੁੰਦੇ ਨੇ ਇਹਨਾਂ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਜੋ ਕੈਰੀਅਰਸ ਦਾ ਕੰਮ ਕਰਦੇ ਆ ਮੀਨਸ ਟਰਾਂਸਫਰ ਕਰਨ ਦਾ ਕੰਮ ਕਰਦੇ ਆ ਇਹਨਾਂ ਦੀ ਰੇਂਜ ਹੁੰਦੀ ਹੈ 10 ਰੈਸਟ ਟੂ -15 ਕੀ ਹੁੰਦੀ ਹੈ ਰੇਂਜ ਨੈਕਸਟ ਅਗਰ ਮੈਂ ਗੱਲ ਕਰਾਂ ਸਟਰੈਂਥ ਇੰਪੋਰਟੈਂਟ ਹੈ 1 ਕੀ ਹੁੰਦੀ ਹੈ ਇਹਨਾਂ ਦੀ ਸਟਰੈਂਥ ਹੁੰਦੀ ਹੈ ਸਟਰੈਂਥ ਕੀ ਹੁੰਦੀ ਹੈ 1 ਹੁੰਦੀ ਹੈ ਨੈਕਸਟ ਇਹਨਾਂ ਦੇ ਵਿੱਚ ਨਾ ਨਿਊਕਲੀਅਰ ਫੋਰਸ ਪ੍ਰੈਜ਼ੈਂਟ ਹੁੰਦੀ ਹੈ ਕੀ ਪ੍ਰੈਜ਼ੈਂਟ ਹੁੰਦੀ ਹੈ ਨਿਊਕਲੀਅਰ ਫੋਰਸ ਪ੍ਰੈਜ਼ੈਂਟ ਹੁੰਦੀ ਹੈ ਜੋ ਕਿੰਨੀ ਹੁੰਦੀ ਹੈ ਜੋ ਕਿ ਦੇ ਵਿੱਚ ਐਕਟ ਕਰਦੀ ਹੈ ਨਿਊਕਲੀਅਸ ਦੇ ਵਿੱਚ ਕੀ ਕਰਦੀ ਹੈ ਐਕਟ ਕਰਦੀ ਹੈ ਨਿਊਕਲੀਅਰ ਜੋ ਫੋਰਸਿਸ ਨੇ ਕਿਦੇ ਵਿੱਚ ਐਕਟ ਕਰਦੀਆਂ ਨੇ ਨਿਊਕਲੀਅਸ ਦੇ ਵਿੱਚ ਕੀ ਕਰਦੀਆਂ ਨੇ ਐਕਟ ਆਈ ਹੋਪ ਤੁਹਾਨੂੰ ਫੋਰ ਫੋਰ ਦੇ ਫੋਰ ਜੋ ਐਲੀਮੈਂਟਰੀ ਪਾਰਟਿਕਲਸ ਨੇ ਮੀਨ ਉਹਨਾਂ ਦੀ ਜੋ ਮੀਨ ਹੈ ਮੀਨਸ ਕੈਰੀਅਰ ਵਗੈਰਾ ਸਮਝ ਆ ਚੁੱਕੇ ਨੇ ਰੇਂਜ ਸਮਝ ਆ ਚੁੱਕੇ ਆ ਅੱਗੇ ਅਗਰ ਮੈਂ ਗੱਲ ਕਰਾਂ ਦੇਖੋ ਨੈਕਸਟ ਦੇਖਦਿਆਂ ਹਾਂਜੀ ਹੁਣ ਅਗਰ ਇਹਨਾਂ ਨੂੰ ਦੇਖਿਆ ਜਾਵੇ ਤਾਂ ਗ੍ਰੈਵਿਟੋਨਸ ਕਿਹਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਗ੍ਰੈਵਿਟੇਸ਼ਨਲ ਦੇ ਵਿੱਚ ਤਾਂ ਇਹਨਾਂ ਦਾ ਜੋ ਰੈਸਟ ਮਾਸ ਹੁੰਦਾ ਕਿੰਨਾ ਹੁੰਦਾ ਜ਼ੀਰੋ ਈਐਮ ਦੇ ਵਿੱਚ ਕੌਣ ਪ੍ਰੈਜ਼ੈਂਟ ਹੁੰਦਾ ਫੋਟੋਨਸ ਕਿਹੜੇ ਕੈਰੀਅਰ ਸੀ ਫੋਟੋਨਸ ਅਗਰ ਮੈਂ ਇਹਨਾਂ ਦੀ ਗੱਲ ਕਰਾਂ ਤਾਂ ਇਹਨਾਂ ਦਾ ਰੈਸਟ ਮਾਸ ਕਿੰਨਾ ਹੁੰਦਾ ਜ਼ੀਰੋ ਕੋਈ ਮਾਸ ਨਹੀਂ ਹੁੰਦਾ ਚਾਰਜ ਦੀ ਅਗਰ ਮੈਂ ਗੱਲ ਕਰਾਂ ਚਾਰਜ ਵੀ ਗ੍ਰੈਵਿਟੋਨਸ ਵਾਲਿਆਂ ਤੇ ਜ਼ੀਰੋ ਤੇ ਈਐਮ ਵਾਲਿਆਂ ਤੇ ਵੀ ਕਿੰਨਾ ਹੁੰਦਾ ਜ਼ੀਰੋ ਸਪਿਨ ਕਿੰਨੀ ਹੁੰਦੀ ਹੈ 2 ਹੁੰਦੀ ਹੈ gravitons ਵਾਲਾ ਤੇ ਤੇ em ਵਾਲਾ ਤੇ 1 नेक्स्ट ਅਗਰ ਮਾਸਲੈਸ ਇਹਦੇ ਵਿੱਚ ਜੋ ਪਾਰਟੀਕਲ ਹੁੰਦੇ ਆ ਉਹ ਹੁੰਦੇ ਆ ਬੋਜ਼ੋਨਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਕ ਵਾਰ ਟੇਬਲ ਨਾਲ ਸਾਫ਼-ਸਾਫ਼ ਕਲੀਅਰ ਹੋ ਜਾਏਗਾ ਤੇ em ਦੇ ਵਿੱਚ ਵੀ ਕੌਨ ਪ੍ਰੈਜ਼ੈਂਟ ਹੁੰਦੇ ਨੇ ਬੋਜ਼ੋਨਸ ਹੁਣੇ ਤੁਸੀਂ ਈਜ਼ਲੀ ਲਰਨ ਕਰ ਸਕਦੇ ਹੋ ਫਰਕ ਕਿੱਥੇ ਪਿਆ ਤੁਹਾਡਾ ਸਪਿਨ ਤੇ ਪਿਆ ਤਾਂ ਸਪਿਨ ਯਾਦ ਰੱਖਣੀ ਹੈ ਗ੍ਰੈਵਿਟੇਸ਼ਨਲ ਦੀ ਗ੍ਰੈਵਿਟੋਨਸ ਦੀ 2 ਹੈ ਤੇ ਆਪਣੇ ਕੋਲ ਜੋ em ਇੰਟਰੈਕਸ਼ਨ ਹੈ ਉਹਨਾਂ ਦੀ ਕਿੰਨੀ ਆਪਣੇ ਕੋਲ 1 ਹੈ ਬਾਕੀ ਸਾਰਾ ਕੁਝ ਕੀ ਹੈ ਦੋਨਾਂ ਦਾ ਮੋਸਟਲੀ ਸੇਮ ਹੈ ਨੈਕਸਟ ਆਪਾਂ ਗੱਲ ਕਰਦੇ ਆਂ ਦੇਖੋ ਵੀਕ ਪਾਰਟੀਕਲ ਵੀਕ ਪਾਰਟੀਕਲ ਦੇ ਵਿੱਚ ਕੌਣ ਆਉਂਦਾ ਸੀ ਲੈਪਟੋਨਸ ਆਉਂਦੇ ਆ ਕੌਣ ਆਉਂਦੇ ਆ ਲੈਪਟੋਨਸ ਆਉਂਦੇ ਆ ਤਾਂ ਲੈਪਟੋਨਸ ਦੀਆਂ ਅੱਗੇ 3 ਕੈਟਾਗਰੀਜ਼ ਐ ਨਿਊਟ੍ਰੀਨੋ ਇਲੈਕਟ੍ਰੋਨ ਤੇ ਮਿਊਨਸ ਮਿਊਨਸ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਆਪਾਂ ਕੀ ਡਿਸਕਸ ਕਰ ਰਹੇ ਆ ਇੱਕ ਤਾਂ ਇਹਨਾਂ ਦਾ ਮਾਸ ਐਮ ਲਿਖ ਰਹੀਆਂ ਚਾਰਜ ਸੀ ਨੈਕਸਟ ਆਪਾਂ ਗੱਲ ਕਰ ਰਹੇ ਆ ਸਪਿਨ ਦੀ ਐਸ ਲਿਖ ਦਿੰਨੀ ਆ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਨਿਊਟ੍ਰੀਨੋ ਦੀ ਤਾਂ ਇਸ ਦਾ ਮਾਸ ਵੀ ਕੀ ਰਹਿੰਦਾ 0 ਇਲੈਕਟ੍ਰੋਨ ਦਾ ਮਾਸ ਕਿੰਨਾ ਹੁੰਦਾ ਆਪਾਂ ਨੂੰ ਪਤਾ ਹੈ 9.1 10 -31 kg ਅਗਰ ਮੈਂ ਗੱਲ ਕਰਾਂ ਮਿਉons ਦੀ ਉਹਨਾਂ ਕਿਦਾਂ ਹੁੰਦਾ 206 टू हंड्रड सिक्स होंगे नैक्सट अगर आप गल करा तो चार्ज कि प्रेजेंट हूँ न्यूट्रोन न्यूट्रीनो तो जीरो इलैक्ट्रॉन तो कि होंगे वन पॉइंट सिक्स इन टू टैन रेज टू पावर माइनस नाइनटीन कोला नैक्सट अगर मैं गल करा म्योन्स की उन्होंने चार्ज होंद प्लस ई एक इलैक्ट्रॉन पॉजिटिव स्पिन की अगर आप गल करिए स्पिन कि होंगी एच कट बाय टू ਕਿਸ ਦੀ ਹੋ ਰਹੀ ਹੈ ਨਿਊਟ੍ਰੀਨੋ ਦੀ ਫਰਮਿਓਨਸ ਹੁੰਦੇ ਆ ਕਿਉਂਕਿ ਫਰਮਿਓਨਸ ਕਿਹੜੇ ਹੁੰਦੇ ਆ ਜਿਹੜੇ ਹਾਫ ਪਾਰਟ ਚੱਲਣ ਇੰਟੀਜਰਸ ਨਾਉਣ ਹਾਫ ਇੰਟੀਗਰਲ ਹੋਣ ਨੈਕਸਟ ਅਗਰ ਮੈਂ ਗੱਲ ਕਰਾਂ ਇਲੈਕਟ੍ਰੋਨ ਦੇ ਵੀ ਫਰਮਿਓਨਸ ਹੁੰਦੇ ਆ ਐਚ ਕੱਟ ਬਾਈ 2 ਰੇਂਜ ਨਾਲ ਚੱਲਦੇ ਆ ਤੇ ਮਿਓਨਸ ਦੀ ਅਗਰ ਆਪਾਂ ਗੱਲ ਕਰੀਏ ਇਹਨਾਂ ਦੀ ਕੋਈ ਵੀ ਸਪਿਨ ਨਹੀਂ ਹੁੰਦੀ ਨੋ ਨਿਊਟ੍ਰੋਨ ਪ੍ਰੈਜ਼ੈਂਟ ਹੁੰਦਾ ਨੈਕਸਟ ਅਗਰ ਮੈਂ ਗੱਲ ਕਰਾਂ ਹੁਣ ਜੋ ਨਿਊਟ੍ਰੀਨੋ ਹੈ ਇਸ ਦੀਆਂ ਅੱਗੇ 3 ਕੈਟਾਗਰੀਜ਼ ਹੈ ਹਾਂਜੀ ਇੱਥੇ ਆਪਾਂ ਡਿਸਕਸ ਕਰ ਲੈਣ ਨਿਊਟ੍ਰੀਨੋ ਨਿਊਟ੍ਰੋਨਸ ਵੀ ਲਿਖ ਸਕਦੇ ਹੋ ਇਸ ਦੀਆਂ ਅੱਗੇ 3 ਕੈਟਾਗਰੀਜ਼ ਹੈ ਫਰਸਟ ਵਨ ਅਗਰ ਮੈਂ ਗੱਲ ਕਰਾਂ ਇਲੈਕਟ੍ਰੋਨ ਨੈਗੇਟਿਵ ਵਾਲਾ ਨੈਕਸਟ ਅਗਰ ਮੈਂ ਗੱਲ ਕਰਾਂ ਮਿਓਨਸ ਜੋ ਤਿੰਨ ਲਿਖੇ ਆਪਾਂ ਨੈਕਸਟ ਅਗਰ ਗੱਲ ਕਰਾਂ ਟੈਕ ਇਸ ਵੇ ਦੇ ਨਾਲ ਇਹਦੇ ਵਿੱਚ ਕੀ ਆ ਜਾਂਦੇ ਨੇ ਵੀਕ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਸੌਰੀ ਅਗਰ ਆਪਾਂ ਗੱਲ ਕਰੀਏ ਇੱਕ ਤਾਂ ਇਹਨਾਂ ਦਾ ਐਂਟੀ ਐਂਟੀ ਨਿਊਟ੍ਰੀਨੋ ਆ ਜਾਂਦਾ ਇੱਕ ਨਿਊਟ੍ਰੀਨੋ ਇਲੈਕਟ੍ਰੋਨ ਦਾ ਨੈਕਸਟ ਅਗਰ ਗੱਲ ਕਰਾਂ ਟੈਕ ਦੀ ਵੀ ਇਸ ਦੇ ਵਿੱਚ ਵੀ ਇੱਕ ਪਾਰਟਿਕਲਸ ਮਿਊਨ ਦਾ ਆ ਜਾਂਦਾ ਇੱਕ ਕੀਆ ਜਾਂਦਾ ਐਂਟੀ ਪਾਰਟਿਕਲ ਸਿਮਿਲਰਲੀ ਟੈਕ ਦਾ ਵੀ ਇੱਕ ਐਂਟੀ ਪਾਰਟਿਕਲ ਇੱਕ ਪਾਰਟਿਕਲ ਤਿੰਨੇ ਆ ਜਾਂਦੇ ਨੇ ਇਹ ਸਭ ਕੀ ਦੇ ਵਿੱਚ ਨੇ ਵੀਕ ਇੰਟਰੈਕਸ਼ਨਸ ਦੇ ਵਿੱਚ ਫਰਮਿਓਨਸ ਦੇ ਵਿੱਚ ਕਿਹਨੇ ਪ੍ਰੈਜ਼ੈਂਟ ਕੀਤੇ ਗਏ ਨੇ ਇਹ ਮਿਊਨਸ ਬੰਦੇ ਕਿਦਾਂ ਹੈ ਅਗਰ ਮੈਂ ਗੱਲ ਕਰਾਂ ਮਿਊਨਸ ਦੀ ਫਾਰਮੇਸ਼ਨ ਕਦੋਂ ਹੁੰਦੀ ਹੈ ਜਦੋਂ ਇਲੈਕਟ੍ਰੋਨ ਦੇ ਵਿੱਚ ਐਂਟੀ ਨਿਊ ਸੋਰੀ ਮਿਉons ਦਾ ਪਾਰਟੀਕਲ ਵਿਦ ਐਂਟੀ ਇਲੈਕਟ੍ਰੋਨ ਪ੍ਰੈਜ਼ੈਂਟ ਹੋ ਜੇ ਤਾਂ ਇਸ ਦੇ ਨਾਲ ਆਪਣੇ ਕੋਲ ਕੀ ਤਿਆਰ ਹੋ ਜਾਂਦਾ ਹੈ ਮਿਉons ਤਿਆਰ ਹੋ ਜਾਂਦੇ ਨੇ ਜੋ ਮਿਉons ਹੁੰਦੇ ਨੇ ਇਹ ਜ਼ਿਆਦਾਤਰ ਅਨਸਟੇਬਲ ਹੁੰਦੇ ਨੇ ਇਹਨਾਂ ਦੇ ਵਿੱਚ ਸਟੇਬਿਲਿਟੀ ਫੈਕਟਰ ਕੀ ਹੋ ਜਾਂਦਾ ਹੈ ਘਟ ਜਾਂਦਾ ਹੈ ਕਲੀਅਰ ਨੈਕਸਟ ਆਪਾਂ ਗੱਲ ਕਰਾਂਗੇ ਸਟਰੋਂਗ ਜੋ ਇੰਟਰੈਕਸ਼ਨਸ ਨੇ ਉਹਨਾਂ ਬਾਰੇ ਕੋ ਸਟਰੋਂਗ ਇੰਟਰੈਕਸ਼ਨਸ ਦੀ ਅਗਰ ਮੈਂ ਗੱਲ ਕਰਾਂ ਸਟਰੋਂਗ ਇੰਟਰੈਕਸ਼ਨਸ ਕਿਹੜੇ ਹੋ ਜਾਂਦੇ ਨੇ ਹਾਡੋਨਸ ਇੰਨਾਂ ਚ ਕਿਹੜੇ ਪਾਰਟਿਕਲਸ ਆ ਜਾਂਦੇ ਐ ਹਾਡੋਨਸ ਆ ਜਾਂਦੇ ਐ ਕਲੀਅਰ ਹਾਡੋਨਸ ਅਗੇ ਅਗਰ ਆਪਾਂ ਗੱਲ ਕਰੀਏ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਹੁੰਦਾ ਦੋ ਕੈਟਾਗਰੀ ਦੇ ਵਿੱਚ ਆਪਾਂ ਥੋੜੀ ਸਟ੍ਰੇਟ ਲਾਈਨ ਮਾਰ ਲਈਏ ਹਾਂਜੀ ਇਹ ਕੀ ਹੈ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਹੁੰਦਾ ਫਰਸਟ ਵਨ ਅਗਰ ਆਪਾਂ ਗੱਲ ਕਰੀਏ ਮੀਜ਼ੋਨਸ ਸੈਕਿੰਡ ਵਨ ਅਗਰ ਮੈਂ ਗੱਲ ਕਰਾਂ ਬ੍ਰਿਓਨਸ ਜੋਂਬੀ ਜ਼ੋਨ ਦੀ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ ਤਿੰਨ ਆ ਜਾਂਦੇ ਆ ਇੱਕ ਤਾਂ ਪਾਈ ਮਿਜ਼ੋਨ ਕੇ ਮਿਜ਼ੋਨ ਤੇ ਇੱਕ ਇਟਾ ਮਿਜ਼ੋਨ ਤਿੰਨ ਆ ਜਾਂਦੇ ਆ ਤੇ ਬ੍ਰਿਓਨਸ ਦੇ ਵਿੱਚ ਕੀ ਆ ਜਾਂਦੇ ਆ ਦੋ ਤਰ੍ਹਾਂ ਦੇ ਇੱਕ ਆ ਜਾਂਦੇ ਨੇ ਨਿਊਕਲੀਓਨਸ 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 ਐਂਡ ਸੈਕਿੰਡ ਵਨ ਕੀ ਆ ਜਾਂਦੇ ਨੇ ਹਾਈ ਪ੍ਰੌਨਸ ਸੈਕਿੰਡ 1 ਹਾਅ ਜਾਂਦੇ ਆ ਹਾਈ ਪ੍ਰੋਨਸ ਇਸ ਵੇ ਦੇ ਨਾਲ ਦੋ ਹੋ ਜਾਂਦੇ ਆ ਇੱਕ ਇੱਕ ਕਰਕੇ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਹਾ ਡੋਨਸ ਦੇ ਮੀਜ਼ੋਨਸ ਬਾਰੇ ਮੀਨਸ ਜੋ ਆਪਣੇ ਕੋਲ ਤਿੰਨ ਮੀਜ਼ੋਨਸ ਪ੍ਰੈਜ਼ੈਂਟ ਹੈ ਇਹਨਾਂ ਨੂੰ ਕੀ ਕਰਾਂਗੇ ਆਪਾਂ ਡਿਸਕਸ ਕਰਾਂਗੇ ਦੇਖੋ ਅਗਰ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਕਿਹੜੇ ਆਪਣੇ ਕੋਲ ਪਾਈ ਮੀਜ਼ੋਨ ਪਾਈ ਮੀਜ਼ੋਨ ਪਾਈ ਮੀਜ਼ੋਨ ਵਿਦ 3 ਟਾਈਪਸ ਹੁੰਦੇ ਆ ਪਾਈ ਪੋਜ਼ਿਟਿਵ ਪਾਈ ਨੈਗੇਟਿਵ ਪਾਈ ਨੋਟ ਇਸ ਵੇ ਦੇ ਨਾਲ 3 ਟਾਈਪਸ ਦੇ ਹੁੰਦੇ ਆ ਅਗਰ ਮੈਂ ਗੱਲ ਕਰਾਂ ਇਹਨਾਂ ਦੀ ਸਪਿਨ ਜ਼ੀਰੋ ਹੁੰਦੀ ਹੈ ਸਪਿਨ ਕੀ ਹੁੰਦੀ ਹੈ ਜ਼ੀਰੋ ਹੋ ਜਾਂਦੀ ਹੈ ਨੈਕਸਟ ਅਗਰ ਮੈਂ ਗੱਲ ਕਰਾਂ ਇਹਨਾਂ ਦਾ ਲਾਈਫ ਸਾਈਕਲ ਦੀ ਅਗਰ ਮੈਂ ਗੱਲ ਕਰਾਂ ਪਾਈ ਪੋਜ਼ਿਟਿਵ ਦੀ ਹੁੰਦੀ ਹੈ 10 ਰਿਸਟ ਪਾਵਰ ਮਾਈਨਸ 8 ਸੈਕਿੰਡ ਨੈਗੇਟਿਵ ਦੀ 10 ਰਿਸਟ ਪਾਵਰ ਮਾਈਨਸ 8 ਸੈਕਿੰਡ ਔਰ ਪਾਈ ਨੌਰ ਦੀ ਹੁੰਦੀ ਹੈ 10 ਰਿਸਟ ਪਾਵਰ ਮਾਈਨਸ 17 ਸੈਕਿੰਡ ਇਸ ਵੇ ਦੇ ਨਾਲ ਅਗਰ ਮੈਂ ਇਹਨਾਂ ਦੇ ਗੱਲ ਕਰੀਏ ਆਪਾਂ ਇਨਾਂ ਦੀ ਅਗਰ ਆਪਾਂ ਮਾਸ ਦੇਖਿਆ ਜਾਵੇ ਤਾਂ ਪੋਜ਼ਿਟਿਵ ਦੀ ਹੁੰਦੀ ਹੈ 273 ਪਾਈ ਨੈਗੇਟਿਵ ਦੀ ਵੀ 273 ਐਮਈ ਐਂਡ ਅਗਰ ਆਪਾਂ ਗੱਲ ਕਰੀਏ ਇਸ ਦੀ ਸੇਮ ਹੁੰਦੀ ਹੈ ਪਾਈ ਪੋਜ਼ਿਟਿਵ ਤੇ ਪਾਈ ਨੈਗੇਟਿਵ ਮੋਸਟਲੀ ਸੇਮ ਨੇ ਪਾਈ ਨੋਰਥ ਦੀ ਕਿੰਨੀ ਹੁੰਦੀ ਹੈ 264 ਐਮਈ ਇਸ ਵੇ ਦੇ ਨਾਲ ਕੀ ਆਪਣੇ ਕੋਲ ਦੋ ਕੀ ਹੋਗੇ ਸੇਮ ਹੋਗੇ ਤੀਸਰਾ ਦਾ ਲਾਈਫ ਸਾਈਕਲ ਕੀ ਹੋ ਗਿਆ ਅਲੱਗ ਨੈਕਸਟ ਆਪਾਂ ਗੱਲ ਕਰਾਂਗੇ ਕੇਮਿਜ਼ੋਨਸ ਦੀ ਦੇਖੋ ਕੇ ਮੀਜ਼ੋਨਸ ਦੇ ਵਿੱਚ ਵੀ ਤਿੰਨ ਟਾਈਪਸ ਆ ਜਾਂਦੇ ਨੇ ਕੇ ਪੋਜ਼ਿਟਿਵ ਕੇ ਨੈਗੇਟਿਵ ਕੇ ਨੋਟ ਕੇ ਪੋਜ਼ਿਟਿਵ ਦੀ ਅਗਰ ਮੈਂ ਗੱਲ ਕਰਾਂ ਇਸ ਦਾ ਲਾਈਫ ਸਾਈਕਲ ਕਿੰਨਾ ਹੁੰਦਾ 10 ਰਿਸਟ ਪਾਵਰ ਮਾਈਨਸ 8 ਨੈਕਸਟ ਦਾ ਵੀ ਸੇਮ ਹੋਏਗਾ ਨੈਗੇਟਿਵ ਦਾ 10 ਰਿਸਟ ਪਾਵਰ ਮਾਈਨਸ 8 ਕੇ ਨੋਟ ਦੇ ਵਿੱਚ ਕੀ ਆ ਜਾਏਗਾ 10 ਰਿਸਟ ਪਾਵਰ ਮਾਈਨਸ 11 ਸੈਕਿੰਡ ਆ ਜਾਣਗੇ ਕਲੀਅਰ ਇਸ ਵੇ ਦੇ ਨਾਲ ਇਹ ਛੋਟੀ ਛੋਟੀ ਚੀਜ਼ਾਂ ਤੁਸੀਂ ਲਰਨ ਕਰਨੀ ਹੈ ਥੋੜਾ ਜਿਹਾ ਡਿਫਿਕਲਟ ਹੈ ਬਟ ਸਟਿਲ ਹੁਣ ਦੇਖੋ ਇਹਨਾਂ ਦੇ ਮਾਸ ਵੀ ਸੇਮ ਹੈ 967 967 ਐਮਈ ਪਿੱਛੇ ਲਿਖ ਲਿਓ ਤੇ ਬਟ ਫਰਕ ਕੀ ਦਾ ਨੋਟ ਦਾ 975 ਹੋ ਜਾਂਦਾ ਹੈ ਨੈਕਸਟ ਆਪਾਂ ਗੱਲ ਕਰਾਂਗੇ ਥਰਡ ਦੀ ਥਰਡ ਵਨ ਇਜ਼ ਇਟਾ ਇਟਾ ਸਿੰਗਲ ਹੁੰਦਾ ਨੋਟ ਹੁੰਦਾ ਇੱਕ ਹੀ ਹੁੰਦਾ ਇਟਾ ਮੀਜ਼ੋਨ ਇਸ ਦਾ ਜੋ ਮਾਸ ਹੁੰਦਾ ਉਹ ਹੁੰਦਾ 1073 ਐਜ਼ ਅ ਫੋਨ ਨੰਬਰ ਤੁਸੀਂ ਐਵੇਂ ਕਰਕੇ ਯਾਦ ਕਰ ਸਕਦੇ ਹੋ ਸਪਿਨ ਕਿੰਨੀ ਹੁੰਦੀ ਹੈ ਜ਼ੀਰੋ ਨੈਕਸਟ ਲਾਈਫ ਸਾਈਕਲ ਦਾ ਟਾਈਮ ਕਿੰਨਾ ਹੁੰਦਾ 10 ਰਿਸਟ ਟੂ ਪਾਵਰ ਮਾਈਨਸ 19 ਸੈਕਿੰਡ ਕਲੀਅਰ ਇਹ ਤੁਸੀਂ ਕੀ ਕਰਨੇ ਨੇ ਲਰਨ ਕਰਨੇ ਨੇ ਤੁਹਾਨੂੰ ਇੱਕ ਪ੍ਰੋਪਰ ਮੈਂ ਚਾਰਟ ਬਣਾ ਕੇ ਦਿੱਤਾ ਦੇਖੋ ਹੁਣ ਹਾ ਡੋਨਸ ਦੋ ਟਾਈਪ ਦੇ ਸੀ ਮੀਜ਼ੋਨ ਆਪਾਂ ਡਿਸਕਸ ਕਰ ਲੇ ਨੈਕਸਟ ਆਪਾਂ ਡਿਸਕਸ ਕਰਾਂਗੇ ਬ੍ਰਿਓਨਸ ਬ੍ਰਿਓਨਸ ਦੀ ਅਗਰ ਮੈਂ ਗੱਲ ਕਰਾਂ ਇਤਾਂ ਹਾਈ ਪ੍ਰੋਨਸ ਨੇ ਪਹਿਲਾ ਸਭ ਤੋਂ ਪਹਿਲਾ ਆਪਾਂ ਗੱਲ ਕਰਾਂਗੇ ਹਾਂਜੀ ਨੈਕਸਟ ਦੇਖੋ ਹਾਂਜੀ ਨੈਕਸਟ ਦੇਖੋ ਬ੍ਰਿਓਨਸ ਦੀ ਅਗਰ ਮੈਂ ਗੱਲ ਕਰਾਂ ਜੋ ਸੈਕਿੰਡ ਟਾਈਪ ਸੀਗੀ ਕਿਸ ਦੀ ਸਟਰੋਂਗ ਇੰਟਰੈਕਸ਼ਨ ਦੀ ਬ੍ਰਿਓਨਸ ਦੀ ਅਗਲ ਗੱਲ ਕਰਾਂ ਇਸ ਦੇ ਵਿੱਚ ਫਰਮਿਓਨਸ ਆ ਜਾਂਦੇ ਨੇ ਮੀਨਸ ਹਾਫ ਇੰਟੀਗਰਲਸ ਵਾਲੇ ਫਰਮਿਓਨਸ ਇਸ ਦੀ ਅਗਰ ਮੈਂ ਗੱਲ ਕਰਾਂ ਇਸ ਦੇ ਜਿਹੜੇ ਪਾਰਟਿਕਲਸ ਨੇ ਹੈਵੀਅਰ ਹੁੰਦੇ ਨੇ ਨਿਊਕਲੀਓਨ ਨਾਲ ਪਾਰਟਿਕਲਸ ਕੀ ਹੁੰਦੇ ਆ ਪਾਰਟਿਕਲਸ ਕੀ ਹੁੰਦੇ ਨੇ ਹੈਵੀਅਰ ਹੁੰਦੇ ਨੇ ਕਿਸ ਨਾਲ ਨਿਊਕਲੀਔਨਸ ਨਾਲ ਨਿਊਕਲੀਔਨਸ ਨਾਲ ਪਾਰਟਿਕਲਸ ਕੀ ਹੁੰਦੇ ਨੇ ਹੈਵੀਅਰ ਹੁੰਦੇ ਨੇ ਦਾ ਨਿਊਕਲੀਔਨਸ ਨਾਲ ਉਹ ਜਿਹੜੇ ਪਾਰਟਿਕਲਸ ਹੈਵੀਅਰ ਹੁੰਦੇ ਨੇ ਉਹਨਾਂ ਨੂੰ ਆਪਾਂ ਕੀ ਕਹਿ ਦਿੰਨੇ ਆ ਹਾਈਪਰੌਨਸ ਕਹਿ ਦਿੰਨੇ ਆ ਕੀ ਕਹਿ ਦਿੰਨੇ ਆ ਹਾਈਪਰੌਨਸ ਕਹਿ ਦਿੰਨੇ ਆ ਇੱਕ ਇੱਕ ਕਰਕੇ ਸਭ ਤੋਂ ਪਹਿਲਾਂ ਆਪਾਂ ਨਿਊਕਲੀਔਨ ਡਿਸਕਸ ਕਰਾਂਗੇ ਸਭ ਤੋਂ ਫਰਸਟ ਕੀ ਆਪਣੇ ਕੋਲ ਨਿਊਕਲੀਔਨ ਦੇਖੋ ਨਿਊਕਲੀਅਨ ਕੀ ਹੁੰਦੇ ਆ ਨਿਊਕਲੀਅਨ ਦੇ ਵਿੱਚ ਦੋ ਆ ਜਾਂਦੇ ਆ ਮੈਂ ਤੁਹਾਨੂੰ ਕਰਵਾਇਆ ਹੋਇਆ ਪ੍ਰੋਟੋਨ ਤੇ ਨਿਊਟ੍ਰੋਨ ਇਹ ਤਾਂ ਆਪਾਂ ਕਰਦੇ ਹੀ ਆ ਰਹੇ ਹੁਣ ਇਹਨਾਂ ਦੀ ਅਗਰ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਪ੍ਰੋਟੋਨ ਦਾ ਜੋ ਮਾਸ ਹੁੰਦਾ ਉਹ ਹੁੰਦਾ 18 36 ਤੇ ਜੋ ਨਿਊਟ੍ਰੀਨੋ ਦਾ ਹੁੰਦਾ 18 39 ਹੋ ਜਾਂਦਾ ਇਸ ਤੇ ਪ੍ਰੋਟੋਨ ਤੇ ਜੋ ਚਾਰਜ ਹੁੰਦਾ ਪੋਜ਼ਿਟਿਵ ਹੁੰਦਾ ਤੇ ਨਿਊਟ੍ਰੀਨੋ ਤੇ ਕੋਈ ਚਾਰਜ ਨਹੀਂ ਦਾ ਨੂੰ ਸਪਿਨ 1/2 1/2 ਹੁੰਦੀ ਹੈ ਦੋਨਾਂ ਦੀ ਐਂਟੀਪਾਰਟੀਕਲ ਪ੍ਰੋਟੋਨ ਦਾ ਕੀ ਹੁੰਦਾ ਆਪਣੇ ਕੋਲ ਪੀ 네ਗੇਟਿਵ ਹੋ ਜਾਏਗਾ ਤੇ ਨਿਊਟ੍ਰੀਨੋ ਦਾ ਐਂ 네ਗੇਟਿਵ ਹੋ ਜਾਏਗਾ ਕਲੀਅਰ ਨੈਕਸਟ ਆਪਾਂ ਜੋ ਹਾਈ ਪ੍ਰੌਨਸ ਰਹੇਗੇ ਉਹ ਡਿਸਕਸ ਕਰਦੇ ਆ ਹਾਈ ਪ੍ਰੌਨਸ ਯਾ ਫੋਰ ਕੈਟੇਗਰੀਜ਼ ਹੈ ਫਰਸਟ ਵਨ ਇਜ਼ ਲੈਂਡਾ ਸੈਕਿੰਡ ਆਪਣੇ ਕੋਲ ਸਿਗਮਾ ਇਹਨੂੰ ਕੈਸਕੇਡਾ ਬੋਲਦੇ ਆ ਨੈਕਸਟ ਫੋਰਥ ਕੀ ਆਪਣੇ ਕੋਲ ਓਮੀਗਾ ਕਲੀਅਰ ਇਹਨਾਂ ਤੇ ਅਗਰ ਮੈਂ ਗੱਲ ਕਰਾਂ ਲੈਂਡਾ ਨੋਟ ਹੁੰਦਾ ਮੀਨਸ ਇਹ ਇਹਦੇ ਵਿੱਚ ਕੋਈ ਵੀ ਅਗੇ ਪੋਜ਼ਿਟਿਵ ਨੈਗੇਟਿਵ ਨਹੀਂ ਹੈ ਸਿਰਫ ਨੋਟ ਵਾਲਾ ਪ੍ਰੈਜ਼ੈਂਟ ਹੈ ਮਾਸ ਦੀ ਗੱਲ ਕਰੀਏ 2182 ਇਹ ਤੁਹਾਨੂੰ ਸਭ ਲਰਨ ਕਰਨਾ ਪਏਗਾ ਚਾਰਜ ਜ਼ੀਰੋ ਹੁੰਦਾ ਕੋਈ ਚਾਰਜ ਪ੍ਰੈਜ਼ੈਂਟ ਨਹੀਂ ਹੁੰਦਾ ਸਪਿਨ ਕਿੰਨੀ ਹੁੰਦੀ ਹੈ 1/2 ਇਸ ਦੀ ਸਪਿਨ ਹੁੰਦੀ ਹੈ ਕਲੀਅਰ ਲੈਂਡਾ ਨੋਟ ਬੰਦਾ ਕਿਵੇਂ ਹੈ ਲੈਂਡਾ ਨੋਟ ਦੀ ਫਾਰਮੇਸ਼ਨ ਹੁੰਦੀ ਹੈ ਜਦੋਂ ਪ੍ਰੋਟੋਨ ਦੇ ਪ੍ਰੋਟੋਨ ਦੀ ਫਾਰਮੇਸ਼ਨ ਦੇ ਟਾਈਮ पाई पॉजिटिव ਕੀ ਹੈ ਆਪਣੇ ਨਾਲ ਕੀ ਕਰਦੇ ਰਿਲੀਜ਼ ਕਰਦੇ ਸੌਰੀ पाई नेगेटिव ਕੀ ਹੈ ਰਿਲੀਜ਼ ਕਰਦੇ ਤਾਂ ਲੈਂਡਾ ਨੋਟ ਦੀ ਫਾਰਮੇਸ਼ਨ ਹੁੰਦੀ ਹੈ ਹੁਣ ਅੱਗੇ ਮੈਂ ਗੱਲ ਕਰਾਂ sigma ਦੀ ਇਹ 3 ਟਾਈਪਸ ਦੇ ਵਿੱਚ ਹੁੰਦੇ ਨੇ sigma ਪੋਜ਼ੀਟਿਵ sigma ਨੈਗੇਟਿਵ sigma ਨੋਟ 3 ਹੋਗੇ ਤਿੰਨਾਂ ਦੀ ਅਲੱਗ-ਅਲੱਗ ਵੈਲਿਊਜ਼ ਨੇ ਅਗਰ ਮੈਂ ਗੱਲ ਕਰਾਂ sigma ਪੋਜ਼ੀਟਿਵ ਦੀ ਇੱਥੇ ਆਪਾਂ ਡਿਸਕਸ ਕਰ ਲੈਨੇ ਆ sigma ਪੋਜ਼ੀਟਿਵ ਦੀ ਤਾਂ ਇਜ਼ देयर ਟਾਈਮ ਪੀਰੀਅਡ ਹੁੰਦਾ 10 ਰਿਸਟ ਪਾਵਰ ਮਾਈਨਸ 11 ਸੈਕਿੰਡ sigma negative ਦੀ ਗੱਲ ਕਰਾਂ ਤਾਂ 10 -10 ਸੈਕਿੰਡ ਇੱਕਾ ਜਿਹਾ sigma 9 ਦੀ ਗੱਲ ਕਰਾਂ ਤਾਂ 10 -14 ਸੈਕਿੰਡ ਇਸ ਵੇ ਦੇ ਨਾਲ 3 ਹੁੰਦੇ ਆ ਇਹਨਾਂ ਦਾ ਅਗਰ ਮੈਂ ਮਾਸ ਦੀ ਗੱਲ ਕਰਾਂ ਤਾਂ 2328 ਇੱਕ ਨੰਬਰ ਦੀ ਤਰ੍ਹਾਂ ਲਰਨ ਕਰੀ ਹੂੰ ਇਸ ਦਾ ਮਾਸ ਹੁੰਦਾ 2341 ਥੋੜਾ ਜਿਹਾ ਰੱਟੇ ਰੱਟੇ ਵਾਲਾ ਕਰਨਾ ਪਏਗਾ ਤਹੀਂ ਯਾਦ ਹੋਏਗਾ ਇਸ ਦਾ ਹੁੰਦਾ 2334 ਐਸਵੀ ਦੇ ਨਾਲ ਕੀ ਹੈ ਇਹਨਾਂ ਦੀ ਜੋ ਵੈਲਿਊਜ਼ ਹੁੰਦੀਆਂ ਨੇ ਨੈਕਸਟ ਅਗਰ ਮੈਂ ਗੱਲ ਕਰਾਂ ਕੈਸਕੇਡ ਹੈ ਦੀ ਇਹ ਵੀ ਕੀ ਹੈ ਦੋ ਟਾਈਪਸ ਦੇ ਵਿੱਚ ਕੀ ਤੇ ਨੈਗੇਟਿਵ ਦਾ ਚਾਰਜ ਵੀ ਆਏਗਾ ਦੋ ਹੁੰਦੇ ਆ ਅਗਰ ਆਪਾਂ ਗੱਲ ਕਰੀਏ ਇੱਕ ਨੋਟ ਵਾਲਾ ਇੱਕ ਕਿਹੜਾ ਹੁੰਦਾ ਜਿਸ ਦੇ ਵਿੱਚਕਾਰ ਕੀ ਹੈ ਉੱਪਰ ਨੈਗੇਟਿਵ ਚਾਰਜ ਹੋਵੇ ਦੋ ਹੁੰਦੇ ਇਹਨਾਂ ਦੀ ਅਗਰ ਮੈਂ ਲਾਈਫ ਪੀਰੀਅਡ ਦੀ ਗੱਲ ਕਰਾਂ ਤਾਂ ਨੋਟ ਵਾਲੇ ਦੀ ਹੁੰਦੀ ਹੈ ਅਗਰ ਗੱਲ ਕਰੇ 2571 ਮਾਸ ਤੇ ਨੈਗੇਟਿਵ ਚਾਰਜ ਵਾਲੇ ਦਾ ਹੁੰਦਾ 2583 ਇਸ ਵੇ ਦੇ ਨਾਲ ਇਹ ਦੋ ਕੀ ਨੇ ਇਹਨਾਂ ਦਾ ਮਾਸ ਹੈ ਸਪਿਨ ਇਹਨਾਂ ਦੀ 1/2 ਹੁੰਦੀ ਹੈ ਦੋਨਾਂ ਦੀ ਯਾਦ ਰੱਖਣੀ ਹੈ ਤੁਸੀਂ ਕਲੀਅਰ ਦੋਨਾਂ ਦਾ ਟਾਈਮ ਪੀਰੀਅਡ ਵੀ ਸੇਮ ਹੁੰਦਾ ਕਿੰਨਾ ਹੁੰਦਾ 10^-10 ਸੈਕਿੰਡ ਇਹ ਦੋਨਾਂ ਦੀ ਕਾਮਨ ਚੀਜ਼ ਹੈ ਨੈਕਸਟ ਆਪਾਂ ਗੱਲ ਕਰਾਂਗੇ ਆਪਣੇ ਕੋਲ ਜੋ ਫੋਰਥ ਰਹਿ ਗਿਆ ਫੋਰਥ ਵਨ ਆਪਣੇ ਕੋਲ ਕੀ ਹੈ ਓਮੇਗਾ ਓਮੇਗਾ ਦਾ ਮਾਸ ਕਿੰਨਾ ਹੁੰਦਾ 3290 ਇਸ ਦੀ ਸਪਿਨ ਇੰਪੋਰਟੈਂਟ ਹੈ 3 ਬਾਈ 2 ਕਿਉਂਕਿ ਡਿਫਰੈਂਟ ਚੀਜ਼ ਇੰਪੋਰਟੈਂਟ ਹੁੰਦੀ ਹੈ ਤੇ ਇਸ ਦਾ ਵੀ ਲਾਈਫ ਸਾਈਕਲ ਆਪਣੇ ਕੋਲ ਕਿੰਨਾ ਹੈ 10 ਰੇਸ ਟੂ ਪਾਵਰ ਮਾਈਨਸ 10 ਸੈਕਿੰਡ ਬਸ ਆ ਤਿੰਨ ਕੀ ਹੁੰਦੇ ਨੇ ਇਸ ਦੇ ਲਾਈਫ ਸਾਈਕਲ ਤਿੰਨ ਕੀ ਨੇ ਚੀਜ਼ਾਂ ਤੁਸੀਂ ਕੀ ਕਰਨੀਆਂ ਨੇ ਯਾਦ ਰੱਖਣੀਆਂ ਨੇ ਕਲੀਅਰ ਹੈ ਆਈ ਹੋਪ ਤੁਹਾਨੂੰ ਸਾਰੀ ਚੀਜ਼ਾਂ ਕਲੀਅਰ ਹੋ ਚੁੱਕੀਆਂ ਹੋਣੀਆਂ ਤੇ ਕੋਈ ਵੀ ਡਾਊਟ ਤੁਹਾਡੇ ਕੋਲ ਨਹੀਂ ਰਿਹਾ ਹੁਣ ਮੈਨੇ ਤੁਹਾਨੂੰ ਸਾਰੇ ਐਲੀਮੈਂਟਰੀ ਪਾਰਟਿਕਲਸ ਜਿੰਨੇ ਵੀ ਸੀਗੇ ਉਸ ਚਾਰਟ ਦੇ ਅਕੋਰਡਿੰਗ ਮੈਂ ਤੁਹਾਨੂੰ ਸਾਰੇ ਕਰਵਾਤੇ ਤੇ ਤੁਹਾਡੇ ਇੱਥੇ ਤੱਕ ਕੀ ਹੈ ਉਹ ਕੰਪਲੀਟ ਹੋ ਚੁੱਕੇ ਹਨ ਨੈਕਸਟ ਅਗਰ ਆਪਾਂ ਗੱਲ ਕਰੀਏ ਨੈਕਸਟ ਅਗਰ ਆਪਾਂ ਗੱਲ ਕਰੀਏ ਆਪਾਂ ਇਹਨਾਂ ਦੇ ਦੇਖ ਲੈਨੇ ਆ ਕਿ ਲੈਪਟੋਨ ਨੰਬਰਸ ਸੌਰੀ ਇੱਥੇ ਹਾਂਜੀ ਲੈਪਟੋਨ ਨੰਬਰ ਬਾਰੇ ਦੇਖ ਲੈਨੇ ਆ ਦੇਖੋ ਲੈਪਟੋਨ ਨੰਬਰ ਦੇ ਵਿੱਚ ਕੀ ਆ ਜਾਏਗਾ ਲੈਪਟੋਨ ਕੀ ਸੀਗੇ ਤਿੰਨ ਤਰ੍ਹਾਂ ਦੇ ਸੀਗੇ ਆਪਣੇ ਕੋਲ ਨਿਊਟ੍ਰੀਨੋ ਇਲੈਕਟ੍ਰੋਨ ਤੇ ਮਿਊons ਤਾਂ ਇਹਨਾਂ ਦੇ ਨੈਗੇਟਿਵ ਐਂਟੀਪਾਰਟਿਕਲਸ ਆ ਜਾਣਗੇ ਆਪਣੇ ਕੋਲ ਹੁਣ ਇਹਦੇ ਅਗਰ ਆਪਾਂ ਗੱਲ ਕਰੀਏ ਨਿਊਟ੍ਰੀਨੋ ਦੇ ਤਿੰਨ ਨੇ ਐਂਡ ਇਲੈਕਟ੍ਰੋਨ ਦੇ ਆਪਣੇ ਕੋਲ ਦੋ ਨੇ ਪੋਜ਼ਿਟਿਵ 네ਗੇਟਿਵ ਕਰਕੇ ਇਹ ਵੈਸੇ ਹੀ 네ਗੇਟਿਵ ਹੁੰਦੇ ਤੇ ਇਹਦਾ ਐਂਟੀ ਨਿਊਟ੍ਰੀਨੋ ਇਹ ਪੋਜ਼ਿਟਿਵ ਮਿਉਨਸ ਦੀ ਅਗਰ ਗੱਲ ਕਰਾਂ ਇਹ ਮਿਉਨ 네ਗੇਟਿਵ ਇਹਦਾ ਪਾਰਟੀਕਲ ਹੁੰਦਾ ਤੇ ਐਂਟੀ ਪਾਰਟੀਕਲ ਕੀ ਹੁੰਦਾ ਮਿਉ ਪੋਜ਼ਿਟਿਵ ਹੋ ਜਾਊਗਾ ਸਿਮਿਲਰਲੀ ਅਗਰ ਮੈਂ ਇਹਦੀ ਗੱਲ ਕਰਾਂ ਇਹਦੇ ਤਿੰਨ ਹੁੰਦੇ ਆ ਮੈਂ ਕਰਵਾਇਆ ਸੀ ਤੁਹਾਨੂੰ ਇਹ 네ਗੇਟਿਵ ਐਂਟੀ ਪਾਰਟੀਕਲ ਇੱਕ ਹੁੰਦਾ ਆਪਣੇ ਕੋਲ ਟੈਕ ਇੱਕ ਹੁੰਦਾ ਮਿਉ ਐਂਟੀਪਾਰਟਿਕਲਸ ਇਹਦੇ ਤਿੰਨ ਹੁੰਦੇ ਆ ਇਸ ਵੀ ਦੇ ਨਾਲ ਦੇਖੋ ਇਹਨਾਂ ਦੀ ਜਦੋਂ ਪਾਰਟਿਕਲਸ ਆਣਗੇ ਤਾਂ ਵੈਲਿਊ ਆਪਾਂ ਲੈ ਕੇ ਚੱਲਣੀ ਹੈ ਪਲੱਸ 1 ਜਦੋਂ ਐਂਟੀਪਾਰਟਿਕਲਸ ਆ ਜਾਣਗੇ ਉਦੋਂ ਵੈਲਿਊ ਨੈਗੇਟਿਵ ਅਗਰ ਲੈਪਟੋਨ ਨੰਬਰ ਤੋਂ ਇਲਾਵਾ ਕੋਈ ਹੋਰ ਆਂਦੇ ਤਾਂ ਵੈਲਿਊ ਕੀ ਆ ਜੂਗੀ ਉਸ ਦੀ ਜ਼ੀਰੋ ਆ ਜੂਗੀ ਕਲੀਅਰ ਇਹ ਇਸ ਵੀ ਦੇ ਨਾਲ ਕਰਨੇ ਨੇ ਇਸ ਲਈ ਤਾਂ ਨੰਬਰ 10 ਦੀਆਂ ਨੈਕਸਟ ਆਪਣੇ ਕੋਲ ਆ ਜਾਣਗੇ ਬ੍ਰਿਓਨ ਨੰਬਰ ਹੁਣ ਦੇਖੋ ਬ੍ਰਿਯੋਨ ਨੰਬਰ ਦੇ ਵਿੱਚ ਕੀ ਕੀ ਆ ਰਹੇ ਸੀ ਆਪਣੇ ਕੋਲ ਨਿਊਕਲੀਓਨ ਆ ਰਹੇ ਸੀਗੇ ਇੱਕ ਤਾਂ ਆਪਣੇ ਕੋਲ ਇੱਕ ਆਪਣੇ ਕੋਲ ਹਾਈਪਰons ਆ ਰਹੇ ਸੀ ਨਿਊਕਲੀਅਸ ਦੇ ਵਿੱਚ ਕੀ ਸੀ ਦੋ ਸੀ ਇੱਕ ਪ੍ਰੋਟੋਨ ਇੱਕ ਸੀਗਾ ਆਪਣੇ ਕੋਲ ਨਿਊਟ੍ਰੋਨ ਹਾਈਪਰons ਦੇ ਵਿੱਚ ਚਾਰ ਸੀ ਲੈਂਡਾ ਓਮੇਗਾ ਸਿਗਮਾ ਕੈਸਕੇਡ ਤਾਂ ਇਹਨਾਂ ਦੇ ਪਾਰਟਿਕਲਸ ਤੇ ਐਂਟੀਪਾਰਟਿਕਲਸ ਆ ਜਾਣਗੇ ਕਲੀਅਰ ਹੁਣ ਪਾਰਟਿਕਲਸ ਲਈ ਇਹਨਾਂ ਦੀ ਵੈਲਿਊ ਕੀ ਹੋ ਜੂਗੀ 1 ਐਂਟੀ ਪਾਰਟਿਕਲਸ ਲਈ ਇਹਨਾਂ ਦੀ ਵੈਲਿਊ ਕਿੰਨੀ ਹੋ ਜੂਗੀ ਐਂਟੀ ਲਈ 네ਗੇਟਿਵ 1 ਹੋ ਜੂ -1 ਹੋ ਜੂ ਤੇ ਬਾਕੀਆਂ ਲਈ ਵੈਲਿਊ ਕੀ ਹੋ ਜੂ ਜ਼ੀਰੋ ਹੋ ਜੂ ਇਹ ਲੈ ਕੇ ਚੱਲਣਾ ਜੇ ਤੁਸੀਂ ਹੁਣ ਮਲਟੀਪਲੀਸਿਟੀ ਨਿਕਾਲਨੀ ਆ ਮਲਟੀਪਲੀਸਿਟੀ ਕਿਵੇਂ ਨਿਕਾਲਦੇ 2i 1 ਇਸ ਵੇ ਇਹਦੇ ਨਾਲ ਤੁਸੀਂ ਇਸ ਦੀ ਮਲਟੀਪਲੀਸਿਟੀ ਨਿਕਾਲ ਸਕਦੇ ਹੋ ਮੀਨਸ ਇਸ ਦੀ ਸਟੇਟ ਕੀ ਹੈ i ਤੋਂ ਲੈ ਕੇ i -1 ਅਪ ਟੂ ਕਿਤੇ ਤੱਕ ਹੁੰਦੀ ਹੈ -i ਤੱਕ ਇਸ ਵੇ ਦੇ ਨਾਲ ਕੀ ਚਲਦਿਆਂ ਨੇ ਇਸ ਦੀਆਂ ਸਟੇਟਸ ਚਲਦਿਆਂ ਨੇ ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕਿਆ ਹੈ ਸਿਮਿਲਰਲੀ ਪਾਈ ਮੀਜ਼ونز ਦੀ ਤਾਂ ਨੈਕਸਟ ਸਟੇਟ ਕੱਟ ਕੇ ਦਿਖਾ ਦਿੰਨੀ ਆ ਜਿਵੇਂ ਹੁਣ ਆਪਾਂ ਮੀਜ਼ونز ਦੀ ਗੱਲ ਕਰੀਏ ਪਾਈ ਮੀਜ਼ونز ਦੀ ਗੱਲ ਕਰੀਏ ਸੌਰੀ ਪਾਈ ਮੀਜ਼ونز ਦੀ ਗੱਲ ਕਰੀਏ 3 ਹੁੰਦੇ ਨੇ ਪਾਈ ਪੋਜ਼ੀਟਿਵ ਪਾਈ ਨੈਗੇਟਿਵ ਪਾਈ ਨੋਟ ਤਾਂ ਹੁਣੇ ਮੈਂ ਤੁਹਾਨੂੰ ਮਲਟੀਪਲੀਸਿਟੀ ਦਾ ਕੀ ਫਾਰਮੂਲਾ ਲਿਖਵਾਇਆ 2 i 1 ਹੁਣ I ਦੀ ਵੈਲਿਊ ਇੱਥੇ ਕਿੰਨੀ ਹੈ ਅਗਰ ਇਹਦੀ ਵਾਰ ਗੱਲ ਕਰੀਏ 1 2 3 3 ਨੇ ਨਾ 3 ਪਾਰਟਿਕਲਸ ਨੇ I ਦੀ ਵੈਲਿਊ ਕਿੰਨੀ ਹੋ ਜਾਏਗੀ ਤੁਹਾਡੇ ਕੋਲ 3 ਤਾਂ ਤੁਸੀਂ ਵੈਲਿਊ ਪੁੱਟ ਕਰ ਸਕਦੇ ਹੋ 3 ਨੂੰ ਅਗਰ ਆਪਾਂ ਗੱਲ ਕਰੀਏ ਸੌਰੀ 3 ਪਾਰਟਿਕਲਸ ਨੇ 3 ਇੱਧਰ ਲਿਖਾਂਗੇ ਆਪਾਂ ਤਾਂ ਆ ਇੱਧਰੋਂ 2 I ਰੱਖਾਂਗੇ ਤਾਂ ਇੱਧਰ ਜਾ ਕੇ -3 -1 ਹੋ ਜਾਏਗਾ आई दी वैल्यू कितनी आ जाएगी 1 आ जाएगी ਤੁਹਾਡੇ ਕੋਲ ਤਾਂ ਅਗਰ ਆਪਾਂ ਗੱਲ ਕਰੀਏ ਪਾਈ ਮੈਜ਼ੋਨਸ ਦੀ 아이 ਦੀ वैल्यू ਕਿੰਨੀ ਹੁੰਦੀ ਹੈ ਮਲਟੀਪਲੀਸਿਟੀ ਕਿੰਨੀ ਹੁੰਦੀ ਹੈ 1 ਹੁੰਦੀ ਹੈ ਠੀਕ ਹੈ ਤਾਂ ਇਸ ਵੇ ਦੇ ਨਾਲ ਤੁਸੀਂ ਸਪਿਨ نکال ਸਕਦੇ ਹੋ ਆਈ ਹੋਪ ਤੁਹਾਨੂੰ ਸਮਝ ਆ ਚੁੱਕਿਆ ਕੋਈ ਵੀ ਡਾਊਟ ਨਹੀਂ ਹੋਊਗਾ ਅਗਰ ਕੋਈ ਡਾਊਟ ਹੋਇਆ ਤਾਂ ਤੁਸੀਂ ਪੁੱਛ ਸਕਦੇ ਹੋ ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਆਪਾਂ ਗੱਲ ਕਰਾਂਗੇ ਕਨਜ਼ਰਵੇਸ਼ਨ ਲਾ ਇਹਦੇ ਵਿੱਚ ਕੀ ਕੀ ਕਨਜ਼ਰਵੇਸ਼ਨ ਹੁੰਦਾ ਬਹੁਤ ਜ਼ਰੂਰੀ ਨੇ એનર્ਜੀ ਕਨਸਟੈਂਟ ਰਹਿਣੀ ਚਾਹੀਦੀ ਹੈ ਲੀਨੀਅਰ ਮੋਮੈਂਟਮ ਕਨਜ਼ਰਵ ਰਹਿਣਾ ਚਾਹੀਦਾ ਹੈ ਐਂਗੂਲਰ ਮੋਮੈਂਟਮ ਕਨਜ਼ਰਵ ਰਹਿਣਾ ਚਾਹੀਦਾ ਹੈ ਨੈਕਸਟ ਅਗਰ ਗੱਲ ਕਰੀਏ ਚਾਰਜ ਹਮੇਸ਼ਾ ਹਮੇਸ਼ਾ ਕਨਸਟੈਂਟ ਰਹਿਣਾ ਚਾਹੀਦਾ ਹੈ ਬ੍ਰਿਓਨ ਨੰਬਰ ਕੀ ਰਹਿਣੇ ਚਾਹੀਦੇ ਨੇ ਕਨਸਟੈਂਟ ਰਹਿਣੇ ਚਾਹੀਦੇ ਨੇ ਅਗਰ ਹੁਣ ਮੈਂ ਐਗਜ਼ਾਮਪਲ ਲੈਣਾ ਮੰਨ ਲਓ ਆ ਲੈਂਡਾ ਨਾ ਦਿੱਤਾ ਹੈ ਲੈਂਡਾ ਦੀ ਇਹਨੂੰ ਚੇਂਜ ਕਿ ਸਟ ਹੋ ਰਿਹਾ ਪ੍ਰੋਟੋਨ ਦੇ ਵਿੱਚ ਪਲੱਸ ਪਾਈ ਨੈਗੇਟਿਵ ਦੇ ਵਿੱਚ ਹੁਣ ਲੈਂਡਾ ਨੋਰ ਦੀ ਅਗਰ ਬ੍ਰਿਓਨ ਗੱਲ ਕਰੀਏ ਬ੍ਰਿਓਨ ਦੇ ਵਿੱਚ ਹੈ ਪਾਰਟੀਕਲ ਹੈ ਤਾਂ 1 ਆ ਗਈ ਜਿਹੜਾ ਪ੍ਰੋਟੋਨ ਹੈ ਇਸ ਦੀ ਵੈਲਿਊ ਵੀ ਕਿੰਨੀ ਹੁੰਦੀ ਹੈ 1 ਕਿਉਂਕਿ ਪਾਰਟੀਕਲ ਹੈ ਐਂਟੀ ਨਹੀਂ ਹੈ ਹੁਣ ਇਹ ਐਂਟੀ ਪਾਰਟੀਕਲ ਹੈ ਲੈਪਟੋਨ ਨੰਬਰ ਦੇ ਵਿੱਚ ਤਾਂ ਇਹ ਹੁੰਦਾ ਹੀ ਨਹੀਂ ਤੇ ਇਹ ਕੀ ਹੋ ਗਿਆ ਜ਼ੀਰੋ ਦੋਨੋਂ ਕੀ ਆ ਗਿਆ ਬਰਾਬਰ ਆ ਗਏ ਤਾਂ ਇਹ ਕੀ ਹੋ ਗਿਆ ਕਨਜ਼ਰਵ ਹੋ ਗਿਆ ਇਸ ਵੇ ਦੇ ਨਾਲ ਤੁਸੀਂ ਕੀ ਕਰਨੇ ਨੇ ਸੋਲਵ ਕਰਕੇ ਦਿਖਾਣੇ ਨੇ ਇਸ ਦਾ ਮਤਲਬ ਇਹ ਅਲਾਉ ਕਰ ਦਿਆ ਰਿਐਕਸ਼ਨ ਫॉर ਵੀਕ ਇੰਟਰੈਕਸ਼ਨਸ ਦੇ ਲਈ ਇਸ ਵੇ ਦੇ ਨਾਲ ਤੁਸੀਂ ਪਤਾ ਕਰ ਸਕਦੇ ਹੋ ਕਿ ਕੌਣ ਇੰਟਰੈਕਟ ਕਰ ਰਿਹਾ ਹੈ ਕੌਣ ਇੰਟਰੈਕਟ ਨਹੀਂ ਕਰ ਰਿਹਾ ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਟਾਪਿਕ ਦੀ ਕੁਆਰਕਸ ਕੁਆਰਕਸ ਐਵੀ ਇੰਪੋਰਟੈਂਟ ਹੈ ਦੇਖੋ ਆਪਣੇ ਕੋਲ ਅਗਰ ਆਪਾਂ ਗੱਲ ਕਰੀਏ 6 ਟਾਈਪਸ ਦੇ ਕੁਆਰਕ ਹੁੰਦੇ ਆ ਅਪ ਡਾਊਨ ਮੈਂ ਤੁਹਾਨੂੰ ਇਸ ਵੇ ਦੇ ਨਾਲ ਹੀ ਯਾਦ ਕਰਵਾਉਂਗੀ ਇਹਨੂੰ ਅ ਨੈਕਸਟ ਆਪਾਂ ਗੱਲ ਕਰਾਂਗੇ ਸਟ੍ਰੇਂਜ ਚਾਮ ਨੈਕਸਟ ਟੋਪ ਬਾਟਮ ਜਾਂ ਬਾਟਮ ਟੋਪ ਲਿਖ ਲਓ ਕੋਈ ਫਰਕ ਨਹੀਂ ਪੈਂਦਾ ਬਾਟਮ ਟੋਪ ਇਹ ਆਪਣੇ ਕੋਲ ਕੀ ਨੇ 6 ਕੀ ਨੇ ਕੁਆਰਕਸ ਨੇ ਇਹਨਾਂ ਦੀਆਂ ਅਲੱਗ-ਅਲੱਗ ਵੈਲਿਊਜ਼ ਹੁੰਦੀਆਂ ਨੇ डिस्कस दिया सब तो पहला बिल्कुल ईजी है चार्ट याद करना क्वाकस की अगर मैं गल करा देखो तो मैं शॉर्ट क्वारक लिखा इतने डिस्कस करा नैक्सट अपने को ब्रियोन नंबर चार्ज तो अगर आप गल करिए अगर गल करिए ई वैल्यू कि होएगी तो सब तो पहला अगर मैं गल करा अप डाउन इसे बना याद करना स्ट्रेंज चाम ेंज चा नैक्सट अपने को बोटम टॉप देखो फर्स्ट अगर मैं गल करा सब की स्पिन जीरो एस है सेम एस वाले तो एस ए एस स्ट्रेंज सेम चीज़ है तो माइनस वन बाकी सब त की आजुगी जीरो नैक्सट अगर मैं गल करा ब्रियोन नंबर सब का वन बाय थ्री होंगे सब का कि रहेगा वन बाय थ्री सेम रहेगा ਨੈਕਸਟ ਅਗਰ ਮੈਂ ਗੱਲ ਕਰਾਂ ਚਾਰਜ ਦੀ ਤਾਂ ਚਾਰਜ ਇਹਨਾਂ ਸਬਦ ਦੀ ਅਗਰ ਗੱਲ ਕਰੀਏ ਜਸਟ ਅ ਸੈਕਿੰਡ ਹਾਂਜੀ ਚਾਰਜ ਸੀ ਵਾਲਾ ਸੇਮ ਰਹੂਗਾ ਚਾਮ ਵਾਲਾ ਬਾਕੀ ਸਬਦਾਂ ਕੀ ਆ ਜਾਊਗਾ ਜ਼ੀਰੋ ਸੀ ਵਾਲੇ ਦਾ ਕਿੰਨਾ ਰਹਿ ਜਾਏਗਾ ਤੁਹਾਡੇ ਕੋਲ 1 ਰਹਿ ਜਾਏਗਾ ਬਾਕੀ ਸਬਦਾਂ ਕੀ ਆ ਜਾਊਗਾ ਜ਼ੀਰੋ ਸਾਨ ਹੈ ਈ ਦੀ ਅਗਰ ਮੈਂ ਗੱਲ ਕਰਾਂ ਮੀਨਸ ਤੁਹਾਡੇ ਕੋਲ ਸੌਰੀ ਅਗਰ ਆਪਾਂ ਗੱਲ ਕਰੀਏ ਹਾਂਜੀ तो सबसे पहले आई थिंक थोड़ी सी मिस्टेक हो गई है ये एस का मतलब है आपका स्ट्रेंज मैं पे यहाँ पे लिख देती हूँ यहाँ पे स्ट्रेंच ने इसकी की बात की गई है नेक्स्ट ये तो हैं ये सी फॉर अगर बात करें इसका मतलब यहाँ पे चाम है इसीलिए चाम के साथ इसकी वैल्यू क्या गई वन ये जो ई e है आपका ये चार्ज है एक्सट्रीमली सॉरी आई थिंक जल्दी जल्दी में मैंने सी को चार्ज कर दिया और एस को स्पिन कर दिया आई थिंक बट uh, हाँ यहाँ पे ई चार्ज है तो अगर चार्ज की वैल्यू की बात करें तो आपको आग के लिए अगर बात करें तो वो होती है टू बाय थ्री पॉजिटिव इसकी पॉजिटिव तो सेम ही कैसे चलेगी टॉप की टॉप की भी कितनी होगी टू बाई थ्री नेक्स्ट अगर मैं बात करूँ डाउन uh, की उसकी होती है माइनस वन बाई थ्री तो अगर नीचे अगर बॉटम की बात करें उसकी होती है वन बाई थ्री नेक्स्ट अगर बात करेंगे नेगेटिव माइनस वन बाय थ्री और किसकी होती है स्ट्रेंज की भी माइनस वन बाय थ्री और चाम की कितनी होती है टू बाय थ्री इस वे के साथ आपका क्या बन जाता है टेबल बन जाता है उसके लिए एक्सट्रीमली सॉरी आप प्लीज़ एस फॉर स्ट्रेंज है बी फॉर ब्रियोन नंबर सी फॉर चाम ई फॉर चार्ज है ध्यान रखना अगर बात करें म्योन्स के लिए ब्रियो नंबर कितना होता है ज़ीरो होता है ठीक है म्योन्स के लिए ब्रियो नंबर कितना हो जाता है आपका जीरो हो जाता है अगर एग्ज़ाम्पल की बात करें अगर आपने अभी पाई पॉजिटिव का निकालना है उसका क्या होता है हमारे पास अप डाउन ठीक है अप डाउन का एंटी पार्टिकल्स तो अप की वैल्यू कितनी होती है ब्रियोन्स नंबर की वन बाय थ्री डाउन के एंटी पार्टिकल की क्या हो जाएगी माइनस वन बाय थ्री तो आपके पास क्या आ गया ज़ीरो आ गया इसका मतलब ये क्या कर रहा है कंजर्व कर रहा है क्लियर कंजर्व कर रहा है इस वे में आप क्या है निकाल सकते हो किसी का भी ये आपने याद रखना है नेक्स्ट अगर मैं बात करूँ हमने एन की वैल्यू निकालनी है तो क्या होता है उसका अप डाउन डाउन किस वे में बना अप की वैल्यू कितनी होती है वन बाई थ्री डाउन की वैल्यू भी कितनी होती है वन बाई थ्री और अगर मैं बात करूँ डाउन do, uh, की वैल्यू भी कितनी होती है ब्रॉन्ज नंबर में वन बाय थ्री और दूसरे डाउन की भी क्या होगी गई वन बाई थ्री तो थ्री क्या आ गया एल्शियम थ्री ऊपर चला गया कट होके क्या हो जाएगा आपके पास वन आ जाएगा क्लियर इस वे से इसका वन किसका होता है चाम का होता है तो चार्ज किसका होता है वन चाम का होता है अगर बात आपसे जो पूछा जाए आप उस वे में क्या करोगे आंसर दोगे स्पिन बतानी अगर ऊपर वाले की स्पिन की बात करूं अगर मैं इसकी स्पिन की बात करूं तो इसकी स्पिन क्या आ जाएगी आपके पास ज़ीरो क्योंकि एक आ, स्पिन ऊपर की तरफ है एक एंटी पार्टिकल है दोनों की स्पिन क्या हो जाएगी कैंसल हो जाएगी स्ट्रेंजनेस क्या आ जाएगी आपकी ज़ीरो आ जाएगी आप इस वे से निकाल सकते हो जैसे अब इसकी बात करें तीनों पॉजिटिव आगे अगर तीनों पॉजिटिव हैं इसका मतलब क्या हुआ एक की ऊपर की तरफ जा रही है स्पिन तो दूसरे की अगर बात करें वो किस की तरफ जा रही है वो भी ऊपर की तरफ डाउन भी क्या हो रहा है ऊपर की तरफ जा रहा है अगर मैं बात करूँ एंटी पार्टिकल्स यहाँ पे दोनों अप अप है बट डाउन है तो इसका मत सॉरी यहाँ पे डाउन एक वो नीचे की तरफ जाएगा तीसरा भी क्या है डाउन दो तो आपस में कैंसिल हो गए एक क्या बच के आपका एक क्या है नीचे की तरफ तो इसकी स्पिन क्या आ जाएगी नेगेटिव वन बाई टू आ जाएगी स्ट्रेंजनेस नंबर आपका हमने वन निकाल लिया तो वन अस, अगर बात करें तो सॉरी हाँ जी वन आया क्लियर तो इस वे में आप निकाल सकते हो तीनों ब्रियोन नंबर किसी का कितना है यहाँ पे ब्रियोन नंबर भी निकाल सकते हो आप कितना आ रहा है इस वे में जैसे इसका हाँ इसका ब्रियोन नंबर कितना है हमारे पास वन आया है चार्ज कितना आया है से लिख देते हैं माइनस वन बाय टू हमने निकाल दिया है तो इस वे में आप क्या है सॉल्व कर सकते हो स्पिन स्पिन माइनस वन बाई टू निकाल दिया हमने क्लियर चार्ज भी आप निकाल सकते हो आप हर चीज़ को सॉल्व कर सकते हो इनकी अलग अलग वैल्यूज़ होती है मैं आपको एक बार वैल्यूज़ लिख देती हूँ जो अब की वैल्यू होती है जैसे अभी मैंने टू बाय थ्री बताई तो अब की जो अगर एंटी पार्टिकल आएगा तो टू बाई थ्री का क्या हो जाएगा नेगेटिव हो जाएगा इस वे में आप क्या है निकाल सकते हो वैल्यूज़ को अगर एक एग्जाम्पल और लेते हैं तो आपको ज़्यादा क्लियर हो जाएगा मान लीजिए ये आपके पास किया है क्या है पी पॉजिटिव है मीन्स आपके पास पार्टिकल दिया हुआ है तो इसमें अगर आप क्या लिखोगे अप डाउन तो अगर मैं बात करूँ इसका ब्रियोन नंबर कितना बनेगा वन बाई थ्री प्लस वन बाय थ्री और प्लस वन बाई थ्री तीनों का एल्शियम लेके इसका भी ब्रियोन नंबर कितना गया वन नेक्स्ट अगर मैं बात करूँ इसके स्पिन की तो स्पिन कैसे निकलेगा अब देखिए स्पिन के लिए जो वैल्यूज़ थी वो बाकी के लिए क्या आ जाएंगी जैसे अप के लिए अगर बात करें टू बाई थ्री इसके लिए भी सॉरी स्पिन के लिए अगर मैं बात करें क्या देखते हैं हम कि अप के लिए ऊपर जा रहा है डाउन के लिए नीचे है फिर अगर बात करें दूसरा भी क्या है अप ये क्या कैंसिल हो गया ये ऊपर की तरफ है तो स्पिन के आगे गई वन बाई टू आ गई चार्ज की बात करें अप के लिए चार्ज कितना होता है हमारे पास टू बाई थ्री आपके पास अगर मैं बात करूं तो दूसरे के लिए भी चार्ज क्या हो जाएगा टू बाय थ्री और अगर बात करूँ डाउन के लिए चार्ज क्या होता है आपके पास माइनस वन बाय थ्री जब आप इसका एलसीएम लोगे तो क्या आ जाएगा थ्री थ्री ऊपर क्या बन जाएगा फोर माइनस वन थ्री तो चार्ज भी कितना आ जाएगा वन आ जाएगा आपका क्लियर इस वे में आप निकाल सकते हो स्ट्रेंचनेस कितनी आ जाएगी इसकी ज़ीरो ही होती है तो ज़ीरो आ जाएगी अगर ऊपर वाला आपका क्लियर ना हुआ तो मैं दोबारा बता देती हूँ इसमें स्पिन आ गई थी अगर हम चार्ज भी निकाल सकते हैं चार्ज कैसे निकालोगे हमारे पास क्या है अप डाउन डाउन तो चार्ज की अगर बात करें अप के लिए चार्ज कितना होता है टू बाय थ्री डाउन के लिए माइनस वन बाय थ्री एंड माइनस वन बाय थ्री तो थ्री क्या आ जाएगा आपका एलसीएम आ जाएगा तो टू माइनस वन और माइनस वन माइनस टू कैंसिल होकर चार्ज कितना आ गया हमारे पास चाम की वैल्यू कितनी आ गई चाम की वैल्यू कितनी आ गई चार्ज की वैल्यू कितनी आ गई हायर चार्ज की वैल्यू कितनी आ गई हमारे पास ज़ीरो आ गई इस वे में आप निकाल सकते हो क्लियर है जी अगर प्लीज़ थोड़ा सा कन्फ्यूज़न हो हो रहा हो तो उसके लिए एक्सट्रीमली सॉरी और अगर डाउट हुआ तो प्लीज़ कमेंट बॉक्स में डाल देना नेक्स्ट आगे की तरफ चलते हैं ईजी है निकालना है, एक बार आप अपनी कॉपी पे करोगे तो ईजली हो जाएगा नेक्स्ट देखिए अगर मैं बात करूँ नेक्स्ट बात करेंगे पोली एक्सक्लूज़न प्रिंसिपल में इसमें अगर पोली एक्सक्लूज़न प्रिंसिपल में अगर बात करें इसमें देखिए मींस uh, क्वार्क को क्या है कलर के साथ रिप्रेजेंट किया गया था क्वार्क को कलर के साथ क्या किया गया था रिप्रेजेंट किया गया था देखो क्वार्क के अलग अलग कलर्स बताए थे इन्होंने जैसे इन्होंने बोला था रेड क्वार्क के कलर कौन से होते हैं रेड ब्ल्यू एंड ग्रीन मेनली थ्री कलर्स होते हैं और इन्होंने कहा था जो एंटी पार्टिकल्स होंगे तो उनके कलर क्या होंगे एंटी रेड एंटी रेड एंटी ब्ल्यू मीन्स ब्लू का ऑपोजिट एंड एंटी ग्रीन थ्री होते हैं इनकी स्पिन अगर क्वार्क की स्पिन की बात करें वो मेनली कितनी रहेगी वन बाई टू रहेगी क्लियर इस वे से आप क्या है लर्न कर सकते हो आई होप आपको समझ आ चुका है अगर फिर भी कोई डाउट हुआ तो आप क्या है पूछ सकते हो नेक्स्ट अगर मैं बात करूँ नेक्स्ट जो टॉपिक है इस इस न्यूक्लियर फिजिक्स में आपका मेनली आई थिंक ये लास्ट टॉपिक है अगर फिर भी कोई रह जाए तो आप कमेंट बॉक्स में बता देना मैं आपको करवा दूंगी बट आई थिंक यहाँ पे कंप्लीट हो जाएगा नेक्स्ट मैं आपको करवा देती हूँ न्यूक्लियर फीजन न्यूक्लियर फीजन देखिए जो यूरेनियम है यू टू थर्टी फाइव है जब ये क्या है इसमें मेनली uh, क्या होता है जो यूरेनियम है ये आगे अगर बात करें फीज़न का मतलब क्या होता है जब क्या है एक्सेसिव न्यूट्रॉन प्रेजेंट हो फिज़न का मतलब है जब इसकी ब्रेकडाउन होती है पार्टिकल की तो वहाँ पे एक्सेसिव न्यूट्रीनो न्यूट्रॉन्स क्या हो प्रेजेंट हो एक्सेसिव न्यूट्रॉन्स क्या हो प्रेजेंट हो तो उसको हम क्या बोलते हैं न्यूक्लियर फिज़न बोलते हैं जैसे अगर यूरेनियम का हमने पार्टिकल ले लिया टू थर्टी सिक्स जब इसकी फिजन होगी तो ये थ्री पार्टिकल्स में थ्री पार्ट्स में डिवाइड होएगा एक तो ब्रे आ, बी एम में ये शॉर्ट में एक न्यूट्रॉन्स बन जाएंगे इसके थ्री न्यूट्रॉन्स में बन जाएगा एंड क्रिप्टोन में इसमें में थ्री में क्या हो जाएंगे डिवाइड हो जाएंगे क्लियर फ्यूज़न में क्या होता है फ्यूज़न की अगर बात करें फ्यूज़न में क्या होता है जब स्मॉल पार्टिकल मिलके एक बड़ा पार्टिकल बना देते हैं हैवी न्यूक्लियस क्या है फॉर्म हो जाता है लाइट न्यूक्लियाई से लाइट न्यूक्लियाई से कंबाइन करके जब हैवी न्यूक्लियाई बनता है तो उसको हम क्या बोलते हैं फ्यूज़न बोलते हैं ये कैसे होएगा जब टेम्परेचर क्या होगा हाई हाई टेम्परेचर कंडीशन होनी चाहिए और क्या कंडीशन होनी चाहिए हाई प्रेशर दो कंडीशन होनी चाहिए हाई टेम्परेचर एंड हाई प्रेशर इसमें अगर बात करें तो अगर फ्यूज़ कैसे होगा मान लीजिए कोई हाइड्रोजन का एटम है आपके पास जिसकी अ, मैंने ये अटोमिक नंबर और मास नंबर लिखा है दूसरा हाइड्रोजन का हाइड्रोजन के एटम के साथ मीन्स एक एक तो ड्यूटेरियम है एक ट्रीटियम है जब इनको हम फ्यूज़ करेंगे फ्यूज़ करेंगे तो आपके पास फॉर्मेशन किसकी हो जाएगी हीलियम बन जाएगा जिसका टॉमिक नंबर टू मास नंबर फोर है इसके साथ एक न्यूट्रॉन बन जाएगा आपका क्लियर साथ में क्या रिलीज़ होगी एनर्जी एनर्जी क्या होगी लार्ज अमाउंट में रिलीज़ होगी क्लियर नेक्स्ट देखिए अगर बात करेंगे हम यूरेनियम के न्यूक्लियर uh, रिएक्टर में न्यूक्लियर रिएक्टर में यूरेनियम रोड प्रेजेंट होती है जो मेन पॉइंट है वो बताऊंगी यूरेनियम रोड प्रेजेंट होती है फ्यूल कौन सा होगा यूरेनियम टू थर्टी फाइव फ्यूल प्रेजेंट होगा नेक्स्ट ग्रेफाइट की कोर प्रेजेंट होगी ग्रेफाइट प्रेजेंट होगा ग्रेफाइट कोर प्रेजेंट होगी जिसका मेन काम क्या होगा स्पीड को स्लो रखना स्पीड को स्लो रखना किसकी न्यूट्रॉन्स की स्पीड को स्लो रखना नेक्स्ट अगर मैं बात करूँ इसमें एक कूलेंट भी प्रेजेंट होगा कूलेंट भी प्रेजेंट होगा जो क्या करेगा एक्सेस यूरेनियम को अब्जॉर्ब कर लेगा एक्सेस यूरेनियम है उसको क्या कर लेगाब्जॉर्ब कर लेगा क्लियर इस वे में क्या है जो आ, कौन काम करेगा यूरेनियम का न्यूक्लियर रिएक्टर क्या करेगा काम करेगा इसके अलावा कौन कौन प्रेजेंट होता है इसमें लिक्विड सोडियम हैवी वाटर एंड अगर बात हैवी वाटर को डी टू ओ से भी लिख सकते हैं ये क्या होते हैं सब न्यूक्लियर रिएक्टर में प्रेजेंट होते हैं जो मोडरेट uh, का, का काम करते हैं क्लियर मोडरेटर का क्या करते हैं काम करते हैं इ, इसके साथ ही आपका जो ये चैप्टर है न्यूक्लियर फिज़िक्स है पूरी यूनिट है वो क्या हो जाती है कंप्लीट हो जाती है अगर आपका कोई डाउट हुआ तो पूछ लेना साथ में इसके अब हम क्वेश्चंस भी सॉल्व करेंगे पहले एक बार अपनी यूनिट को रिवाइज़ कर लीजिए कि अगर फिर भी कोई टॉपिक रह जाता है या आपको डाउट रह जाता है तो वो मैं आप बता देना कमेंट बॉक्स में वो सारा का सारा हम रिपीट कर लेंगे क्लियर थैंक यू सो मच प्लीज़ चैनल को सब्सक्राइब कर लीजिए चैनल को सब्सक्राइब सब्सक्राइब कर लीजिए अपनी फीडबैक ज़रूर दीजिए वीडियो कैसी लगती है आपको लाइक कीजिए चैनल को और शेयर कीजिए अपने फ्रेंड्स के साथ Thank you.